ਡੱਬੀਆਂ ਇਕੱਠਿਆਂ ਨੇ ਤੇ ਕੱਢੀ ਇਕੱਲਾ ਇਕੱਲਾ ਜਾਂਦਾ ਮਾਮਾ ਸਵਾਦ ਆ ਗਿਆ ਬਾਈ ਗੋਡ ਓਏ ਗੱਲ ਸੁਣ ਮੈਂ ਤੇਰਾ ਮਾਮਾ ਕਿਵੇਂ ਹੋਇਆ ਤੂੰ ਤਾਂ ਸੀਰੀਅਸ ਹੀ ਹੋ ਗਿਆ ਗੱਲ ਪਤਾ ਕੀ ਹੈ ਰਿਸ਼ਤਿਆਂ ਤੋਂ ਬਹੁਤ ਦੂਰ ਬੈਠੇ ਹਾਂ ਮਾਮਾ ਤੈਨੂੰ ਮਾਮਾ ਕਹਿ ਕੇ ਜਿਹੜਾ ਮਨ ਖੁਸ਼ ਹੋ ਜਾਂਦਾ ਹੋਰ ਕੀ ਹੈ ਰਿਸ਼ਤਿਆਂ ਨੂੰ ਤਾਂ ਮੈਂ ਵੀ ਤਰਸਿਆ ਪਿਆ ਸੱਚ ਜਾਣੀ ਜਦੋਂ ਤੂੰ ਮੈਨੂੰ ਮਾਮਾ ਕਹਿ ਕੇ ਬੁਲਾਉਣਾ ਨਾ ਇੱਥੋਂ ਠਰ ਜਾਂਦੀ ਸੱਚੀ ਪੰਜਾਬ ਜਾਣ ਨੂੰ ਤਰਸਿਆ ਪਿਆ ਲੈ ਯਾਰ ਇੱਕਦਮ ਮੈਨੂੰ ਸਾਰਾ ਪੰਜਾਬੀਆਂ ਦੀ ਆਹ ਗੱਲ ਹੀ ਨਹੀਂ ਸਮਝ ਆਈ ਹੁਣ ਤਾਈ ਜਿਹੜੇ ਤਾਂ ਕੈਨੇਡੇ ਬੈਠੇ ਆ ਉਹ ਪੰਜਾਬ ਜਾਣ ਨੂੰ ਤਰਸੇ ਹੋਏ ਆ ਜਿਹੜੇ ਇੰਡੀਆ ਬੈਠੇ ਆ ਉਹ ਕੈਨੇਡੇ ਆਉਣ ਨੂੰ ਮਰਦੇ ਆ ਮੈਂ ਤਾਂ ਕਹਿੰਦਾ ਵੈਸੇ ਪੰਜਾਬੀਆਂ ਵਾਸਤੇ ਨਾ ਇੱਕ ਬਹੁਤ ਲੰਮੀ ਪੀਂਗ ਹੋਣੀ ਚਾਹੀਦੀ ਆ ਝੂਟੇ ਮਾਟੇ ਵਾਲੀ ਝੂਟੇ ਇੰਡੀਆ ਮਾਟੇ ਕੈਨੇਡਾ ਝੂਟੇ ਇੰਡੀਆ ਮਾਟੇ ਕੈਨੇਡਾ ਝੂਟੇ ਮਾਟੇ ਮੈਂ ਤਾਂ ਪੀਂਗੀ ਦਾ ਰਸਨਾ ਉੜਾ ਲਈ ਓਏ ਤੇਰੇ ਸਹੁਰਿਆ ਕਿਹੜੀ ਪ੍ਰਿੰਟ ਲੜਕੀ ਹੁਣ ਹਾਂ ਲੜੇ ਨਾ ਐਲਿਜ਼ਾਬੈਥ ਰਾਣੀ ਜਾਣ ਵੇਲੇ 18 ਕਿਸ਼ਤਾਂ ਗਿਣਾ ਗਈ ਅੱਗੇ ਭਰ ਦਿਓ ਹੁਣ ਸਮਝ ਨਹੀਂ ਆਉਂਦੀ ਵੀ ਕਿਸ਼ਤ ਭਰਨ ਨੂੰ ਪੈਸੇ ਕਿੱਥੋਂ ਆਉਣਗੇ ਕਿਸ਼ਤਾਂ ਭਰੀਆਂ ਜਾਣਗੀਆਂ ਤੁਹਾਡੀਆਂ ਕਿਸ਼ਤਾਂ ਉਹ ਭਰੂ ਉੱਪਰ ਵਾਲਾ ਨੋ ਥੱਲੇ ਵਾਲਾ ਉਹ ਮਾਮਾ ਆ ਕਾਰਪੇਟ ਤੋਂ ਥੱਲੇ ਵੀ ਕੁਛ ਹੁੰਦਾ ਉਹ ਵੀ ਦੇਖ ਲਓ ਕਾਰਪੇਟ ਤੋਂ ਥੱਲੇ ਹੈਗੀ ਬੇਸਮੈਂਟ ਬੇਸਮੈਂਟ 'ਚ ਤੁਸੀਂ ਰੱਖਿਆ ਕਿਰਾਏਦਾਰ ਉਹਨੇ ਸਾਲੇ ਨੇ 3 ਮਹੀਨੇ ਤੋਂ ਤੁਹਾਡਾ ਕਿਰਾਇਆ ਨਹੀਂ ਦਿੱਤਾ ਉਹਦੀ ਜਾ ਕੇ ਸੰਗੀ ਫੜੋ ਉਹ ਤਾਂ ਸਾਲਾ 2 ਕਿਸ਼ਤਾਂ ਬੈਂਸ ਫੜੂ ਤੁਹਾਡੀ ਹੈ ਬਾਕੀ ਬਾਈ ਆਪੋ ਆਪਣੇ ਦਮ ਦੀ ਗੱਲ ਹੁੰਦੀ ਹੈ ਹੁਣ ਜੇ ਮੈਂ ਤੁਹਾਡੀ ਥਾਂ 'ਤੇ ਹੋਵਾਂ ਮੈਂ ਤਾਂ ਐਸਾ ਜਾ ਕੇ ਸੰਗੀ ਦੇ ਵਿੱਚ ਅੰਗੂਠਾ ਦਿਮਾਗ ਲੈ ਦੇ ਉਹ ਤੁਹਾਨੂੰ ਮੇਰਾ ਪਤਾ ਹੀ ਨਹੀਂ ਹੈ ਜੇ ਮੈਂ ਤਾਂ ਇਹੋ ਜਿਹੇ ਬੰਦਿਆਂ ਤੋਂ ਕਿਰਾਇਆ ਲੈ ਜਾਣਾ ਜਿਹੜੇ ਸਾਲੇ ਬਾਅਦ 'ਚ ਸੋਚਦੇ ਹੈ ਅਸੀਂ ਤਾਂ ਇਹਦੇ ਕਿਰਾਏਦਾਰੀ ਹੈ ਨਹੀਂ ਸਾਤੋਂ ਘਰ ਨਹੀਂ ਲੈ ਗਿਆ ਹੁਣ ਤੁਹਾਡੇ ਅੱਲੇ ਪੱਲੇ ਹੈ ਨਹੀਂ ਕੁਛ ਤਾਂ ਭਾਈ ਅਸੀਂ ਕੀ ਕਰ ਸਕਦੇ ਹਾਂ ਓਏ ਅੱਲੇ ਪੱਲੇ ਕਿਉਂ ਨਹੀਂ ਅੱਜ ਵੈਰੀਆਂ ਦੇ ਸਿਰ ਤੇ ਨੱਚਣਾ ਚੱਲ ਬਈ ਸ਼ੁਰੂ ਲੈ ਆ ਗਈ ਓਏ ਕੀ ਹੈ ਉਹ ਮਾਮਾ ਵੈਰੀ ਦੇ ਸਿਰ ਤੇ ਨੱਚ ਰਹੇ ਆ ਵੈਰੀ ਕੌਣ ਹੈ ਕਿਰਾਏਦਾਰ ਰਹਿੰਦਾ ਕਿੱਥੇ ਹੈ ਬੇਸਮੈਂਟ 'ਚ ਸਾਲਾ ਫੇਰ ਜੇ ਥੱਲੇ ਹੋ ਰਹਿੰਦਾ ਤਾਂ ਉਹਦੇ ਸਿਰ 'ਤੇ ਨੱਚਦੇ ਹੋ ਜਾ ਵੀ ਸ਼ੁਰੂ ਪੰਡ ਬਣਨਾ ਬੰਦ ਕਰੋ ਜੋਧੇ ਬਣੋ ਘੱਟੋ ਘੱਟ ਚੜੇਲ ਹੀ ਚਿੰਬੜੂ ਬਾਈ ਆ ਜਿਹੜੀਆਂ ਵਿਆਹੀ ਫਿਰਦੇ ਇਹਨਾਂ ਨੂੰ ਖਤਰਨਾਕ ਤਾਂ ਨਹੀਂ ਉਹ ਸ਼ੇਰ ਬਣ ਸ਼ੇਰ ਚੱਲ ਪੁੱਤ ਚੱਲ ਨਹੀਂ ਕੁਛ ਨਹੀਂ ਹੋਇਆ ਡਰਾ ਨਾ ਯਾਰ ਤੇਰਾ ਤਾਂ ਲਾਇਆ ਦਿਲ ਥੋੜਾ ਮੈਨੂੰ ਵੀ ਡਰਾਈ ਜਾਂਦਾ ਹੌਸਲਾ ਰੱਖੋ ਯਾਰ ਮੈਂ ਰੱਖਿਆ ਹੋਇਆ ਤੂੰ ਰੱਖ ਬੀਬੀ ਕੁਛ ਨਹੀਂ ਹੈਗਾ ਯਾਰ ਕੀ ਹੁੰਦਾ ਬੀਬੀ ਤੂੰ ਐ ਕਰੋ ਤੁਸੀਂ ਸਾਹਮੋ ਮੈਂ ਬੈਠਣ ਦਾ ਰਿਸਕ ਲੈਣਾ ਇਹਨੇ ਸਾਲੇ ਨੇ ਮਾਹੌਲ ਕੀ ਬਣਾਇਆ ਹੋਇਆ ਇੱਥੇ ਯਾਰ ਹੈ ਮਾਮਾ ਮੈਂ ਸਹੀ ਕਹਿੰਦਾ ਸੀ ਮਾਮਾ ਕਿਰਾਇਆ ਕਢਾਉਣਾ ਆ ਸਵੇਰੇ ਸਾਡੇ ਚੋਂ ਲੋਕੀ ਭੂਤ ਨਾ ਕਢਾਉਂਦੇ ਫਿਰਨ ਕਿਤੇ ਕੋਈ ਭੂਤ ਪਾਤ ਨਹੀਂ ਹੁੰਦੇ ਕਿਰਾਏਦਾਰ ਛੋਟੇ ਵੀਰ ਹੈਲੋ ਕੀ ਹੋ ਗਿਆ ਯਾਰ ਇਹੋ ਜਿਹਾ ਕੀ ਦੇਖ ਲਿਆ ਤੁਸੀਂ ਦੱਸੋ ਮੈਨੂੰ
अलमारी ने सिर ला के सुता पिया जो भी है मेरा बेडरूम है बंदे की ओपन प्राइवेसी होंगी है तुम ये दसो भी अद्धी रात मेरे घर के मैं आना हैलो तेरा घर करो साडा घर है अच्छा थोड़ा घर है ले मैनू कदे फील ही नहीं होया मैनू तो अपना अपना जा लगता है आई लव दिस हाउस तीन महीने का किराया नहीं दिता अपना अपना तो लगना ही है तेनू अच्छा किराया लेना आए हो दसो कादा चाहिए जहाज का ट्रेन का बस का ट्रक का टैक्सी का या फिर शिप का ओए घर का किराया चाहिए अच्छा घर का किराया चाहिए की चाहिए कैश लाओगे चेक लाओगे पाउंड लाओगे या फिर यूरो लाओगे तो या फिर शर्फियां उतर मैं गोली मार दूं उतर मैं सच्ची केड़ी गोली डिस्प्रेन दी एलप्रेक्स दी या फिर लोकल एडविल दी या फिर अखियां दी गोली सरदारा सब गंदियां गल्लां करदा है मामा खूंडा हज बड़े मारता नहीं सिर च मैनू बड़ा मैं सच मारा इहदे मैनू बड़ा मामा मारी ना मारी ना मैं ऑनलाइन ट्रांसफर करदा 1 मिनट हेलो लगा कि नहीं इहदा प्यो देख लो जी तीन बंदे आके मैनू कुट दिया देख लो मैनू कहंदे हुणे किराया दे नहीं मेरा नहीं खूंडा है मेरा तो दोस्त है भरा है मेरा छोटा वीर आ मेरा बच्चा बड़ा प्यारा बच्चा होर घर सब ठीक है इंडिया गल हुंदी रहिंदी है बन गई थोनू की लगता है फोन दे विच कल्ली वीडियो बनदी है ना 9 1 1 झोपड़ी पा के दी है मैं तो बहुत गरीब करवा जी सत भैन जी मेरे ब्याह आली है मां दे मेरे पिते च फस रही है बापू मेरा मंजे से पिया ते भरा मेरा भाजी पिंड पिंड जाके फुलिया बेचदा ते ओ दादे दे नु कोड़ पिया दादी दी है जना मरिए ना ते पिंड दा नाम ही मरीजपुर है आ देख लो भाजी हजे भी नहीं हटदे तिन्ने जाने मेरे कोल आके कहंदे साडे नाल बैठ के दारू पी हुण तुसी दसो भाजी मेरे हालात दारू पीने वाले हैगे ओ वीर ने ना भाई मेरी बाह मचोल ली भाजी तेना दना मेरे आए 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 ओ चढ़ दो ओ चढ़ दो आए बेबे आए कुट्टे भाई जी भी नेना ने आए कुट्टे भाई जी भी नेना ने भाई ताली ता मार दो यार क्या बात है यार थैंक यू वीर क्या बापू जी ने ना अब बापू जी ने मेरे टेढ़े से लत्ता मारिया भाई मेरा तो पहली भाई हरनिया का ऑपरेशन होया है जे नहीं यकीन आता पूछ लो कुट्टे ना भी तुम मैं आ देखो आए नी बेबे तेरा पुत कला कनेडा जिक्र गया नी हाय हाय जे मेरा भरा हुंदा ना कल्ले कल्ले नु भजा के कुटना सी कोई गल नहीं छोटे वीर तू मेनू अपना भरा ही समझ बस फिर देख दे क्यों पाजी ढालो ना बकरे वांगू सारेयां नु ओ मामा एहो जे मुंह वाला घरे कोई डंगर नहीं रखदा तू किराएदार रखी आ देख लो पाजी तेनू डंगर कह रहा जी ए ओए मैं चपेट मारी तेरे मुंह ते उहनां नु कदों कहा तैनू कह रहे ना डंगर मैं फिर वीर ने कहा कि मैं तेरा भरा हुण असीं इक फैमिली च आ जे मैं डंगर होया वी तां डंगरी होया ना एक्टिंग साला किहो जी करदा मदारी आ देख लो पाजी अजे वी इहनां दे कन्न भरी जांदा ए बंदा बहुत खराब है पाजी इहनू सख्त तों सख्त सजा दिओ बस पाजी इहनू 3-4 वारी फांसी दे दिओ पाजी बस फिकर ना कर असीं तेरे नाल आ थैंक यू ਵੀਰੇ ਗੱਲ ਸੁਣ ਲਓ ਇਹ ਕੰਨ ਖੋਲ ਕੇ ਤੁਸੀਂ ਇਹਦੇ ਮੱਥੇ ਨਹੀਂ ਲੱਗਣਾ ਇਹ ਸਾਡਾ ਕਿਰਾਏਦਾਰ ਹੈ ਅਸੀਂ ਆਪਦੇ ਘਰੇ ਬੁਰਕੇ ਪਾ ਕੇ ਫਿਰੀ ਜਾਈਏ ਆਈ ਮੀਨ 10-10 ਫੁੱਟ ਦੂਰ ਰਹਿਣਾ ਭਾਜੀ ਉਹ ਦੇਖੋ ਜੀ ਇਹਨਾਂ ਨੇ ਹੋਰ ਬਦਮਾਸ਼ ਬੁਲਾ ਲਏ ਜੀ ਮਨ ਬਹੁਤ ਉਦਾਸ ਆ ਬਾਪੂ ਮੈਂ ਤਾਂ ਕਦੇ ਥਾਣੇਦਾਰ ਨੂੰ ਪਿੰਡ 'ਚ ਨਹੀਂ ਸੀ ਵੜਨ ਦਿੱਤਾ ਇੱਥੇ ਸਾਰੀ ਪੁਲਿਸ ਦਗੜ ਦਗੜ ਕਰਦੀ ਅੰਦਰ ਆ ਬੜੀ ਛੱਡ ਬਾਪੂ ਪੁਰਜੀ ਦੱਸ ਕਿੰਨੇ ਆਂਡੇ ਦੀ ਖਾਣੀ ਪੁਰਜੀ ਕਿੱਥੇ ਲੰਘਦੀ ਆ ਹੁਣ ਐ ਕਰ ਮੀਟ ਹੀ ਧਰ ਲਾ ਨਹੀਂ ਨਹੀਂ ਮੀਟ ਕਾ ਤੂੰ ਬਾਰਬੀਕਿਊ ਕਰ ਲੋ ਪਾਰਟੀ ਕਰ ਲੋ ਗਵਾਂਡਿਆਂ ਨੂੰ ਵੀ ਤਾਂ ਪਤਾ ਚੱਲੇ ਕਿ ਜਿੰਦਪੁਰੇ ਵਾਲਿਆਂ ਦੇ ਘਰੇ ਅੱਜ ਪੁਲਿਸ ਆਈ ਸੀ ਡੈਡੀ ਜਿੰਦਪੁਰੇ ਵਾਲੇ ਕੌਣ ਨੇ ਆਪਾਂ ਹੀ ਕੱਲੇ ਜਿੰਦਪੁਰੇ ਬਾਰੇ ਕਾ ਤੋ ਪੂਰੇ ਪੰਜਾਬ ਬਾਰੇ ਦੱਸੋ ਪਤਾ ਲਵੀ ਹਾਂ ਉੱਥੇ ਨਾ ਕਦੇ ਵੀ ਕੋਈ ਵੀ ਰਾਤ ਨੂੰ ਸ਼ਰਾਬ ਪੀ ਕੇ ਲਲਕਾਰੇ ਮਾਰ ਸਕਦਾ ਹੈ ਤੇ ਜੇ ਕੋਈ ਕਿਸੇ ਨੂੰ ਕੁੱਟੇ ਮਾਰੇ ਤੇ ਉਹਨੂੰ ਪੁਲਿਸ ਫੜ ਕੇ ਲੈ ਜਾਵੇ ਤਾਂ ਸਫਾਰਿਸ਼ ਲਵਾ ਕੇ ਉਹਨੂੰ ਛੜਾ ਸਕਦੇ ਆ ਇਹ ਹੈ ਪੰਜਾਬ ਸੱਚੀ ਮੰਮਾ ਹਾਂ ਦਾਦੂ ਉਰੇ ਆਓ ਸਾਡੀ ਕਲਾਸ 'ਚ ਨਾ ਇੱਕ ਮੁੰਡਾ ਹੈ ਗੋਰਿਆਂ ਦਾ ਮੈਨੂੰ ਤੰਗ ਬਹੁਤ ਕਰਦਾ ਹੈ ਉਹਨੂੰ ਨਾ ਕਿਸ ਦਿਨ ਪੰਜਾਬ ਲਿਜਾ ਕੇ ਮੋਦਾ ਪਾ ਕੇ ਤਿੰਨੇ ਜਾਣੇ ਬੜਾ ਅੰਗਾ ਲਾਵਾਂਗੇ ਜੇ ਮੈਨੂੰ ਪੁਲਿਸ ਚੱਕ ਕੇ ਲੈ ਗਈ ਇੰਨੀ ਕੁ ਤਾਂ ਚੱਲਦੀ ਆ ਤੁਹਾਡੀ ਛਡਾ ਲਓਗੇ ਜੱਟ ਨੂੰ ਆਰਾਮ ਨਾਲ ਠੀਕ ਖਬਰਦਾਰ
जे आज तो बाद इस कर्ज जट बना खिला रहा था ते तू तू जाके आ कुर्ता चादर चेंज कर खोल इना नु मम्मी खोल नहीं सकदा क्यों कच्चा नहीं पाया होया कच्चा ओ माय गॉड और कुछ रह गया ओ भी सिखा दो इनू इन्नी गुड़ी पंजाबी ता पुच्चो मंडी वाले नहीं बोलते जिन्ना ये कनाडा दा बोंड बोलता है तुसी कुत्ते खानी ज्यादा नहीं होगी चल दो भद ला लेंगे हां ये ठीक है ओ बाबा तेरी सौं लगे तू खड़ी खलोती भस्म हो जमे जी आज तो बाद मैं दारू पीया ते थोड़े वर्गे शराबी ना आ शराब ना पूजिया ते घर वाली दी झूठी सौं खा लेके मिंट नहीं लाउंदे खबरदार जे आज तो बाद शराब पीती है ता एवें गुस्सा करी जानी है आज तो बाद ते वैसे नहीं पीती जानी क्यों पापा जी आ रहे है पापा जी पुंजे बिठा दी बहुत मेहरबानी तेरी ले दस मैं फिक्के चौल क्यों खवाऊंगी क्योंकि पापा जी थोड़े नहीं मेरे आ रहे हैं थोड़ा बुढ़ा आ रहे हैं वाह थोड़ी आख आख ते साड़ी आख डेला थोड़ा बापू पापा जी ते साडा बापू बुढ़ा हैं मेरे नाल ना इदा उच्ची आवाज गल करन दी लोड़ नहीं मैं कदों कीती है इदा भी करन दी लोड़ नहीं मेरे साथ बैंड करके तुसी इत्थे बैठे हो हेलो 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 ओ मेरी सुन गल आ तेरे बैंड नहीं पीपनी वजाई पई है मेरी ए सत बैंड नहीं सप बैंड लगदे आ मेनू जड़े रोज मेरे सीने ते लड़दे आ किसी दे व्याह ते जावा ना मेरा बैंड वाले कुट्टन नु जी करदा उत्थे मैं तैनूं दसदा बस पापा जी आ रहे हैं तां आ रहे हैं आउणगे पापा जी शौक नू आ रहे हैं किते छोटे भरा दा विआह तां आ रहे हैं नाले भरा केड़ा मेरे को रहिंदा है पाजी दे हुंदे आ पीजी च रहिंदा बेचारा करे करेले सड़ जाण उल्ली लग जे मेरे भरा नू कदे करेला नहीं दित्ता ते वड्डी भाभी दे हुंदे आ परौठियां नू तरस गया भरा मेरा मेरे नाल ना खेखण जे करन दी लोड़ नहीं जिदे करके आ रहे हैं ना उत्थे रहण जे इत्थे आ गए ना थोड़ा ते उहनां दा दोनों दा समान चक के बाहर मारू बापू आ गए नहीं मानसा दी कैंची एंथे खड़ा है 3 घंटे एयरपोर्ट ते उड़ी क्या तन्नू लैण क्यों नहीं आया तू मैनू बापू फोन क्यों नहीं कीता सी ओ केंदी डंगर एरिए तो बाहर है ओ डंगर एरिए तो नहीं कवरेज एरिए तो बाहर है हुन डीटियां अंग घेरी खड़े मैनू 40-50 लेके जान छड़ेंगा के चाह पानी भी पूछेंगा ओ आ गई नू थोड़ी चूल्हे वांगू तपी हुई ओ पियोंदी है थानू ग्रीन टी बीबा तेनू सत श्री अकाल बुलानी नहीं सिखाई किसी ने सत श्री अकाल सत श्री अकाल बुलाई दी हुंदी है गिट्टियां च नहीं मारी दी हुंदी वाह क्या संस्कार देते हैं ओए होए होए हां मेरा बेटा कलेजे लग के मेरा कलेजा ठार ते मेरा खबरदार जे मेरी बच्ची नु हाथ लाया की कर रही है तू निशा छड्डो इनू निशा मैं कहा ना मेरी बच्ची नु हाथ लाउण दी लोड़ नहीं कोई गल मैं सौं खांदा पर तू भी सौं खाई मैं तेरी बच्ची नु हाथ नहीं लावांगा तू मेरे पुत्र नु हाथ ना लाई थोड़ा पुत्ते व्याह तो पहला सी हुण की ये फुफड़ बन गया है मैं कह देता है मैं तेरी बच्ची नु हाथ नहीं लावांगा पर मैं अपने पुत्र नु ता हाथ ला सकदा है आ मेरा पुत्र मेरे कलेजे ला के कलेजे च ठंड पा दे ओ आ जा जीण जोखे आ जा आ जा आ मेरा सीने ठार ए जलूस कढ़ाने वास्ते मैनू कनाडा सद्या सी तुसी मेरे घर वाले दे हाथ चक्या ना हुण देखो तुसी हेलो ऑफिसर ले पुलिस भी आ गई ओथे बंदा मारे तो पुलिस नहीं आंदी एथे चपेड़ मारे तो ही पुलिस आ गई ओ बापू कह दे सॉरी यार ओ बापा माफ कर दे छोटे होंदे नु ते पांदा रिया मेनू ओदो कित्थे सी तू देखी जाओ तुसी पांदा की है ओ हां वी दसो की रौला है किने किदे किथे मारया ऑफिसर इन्हां ने मेरे हस्बैंड दे काम ते मारया अरेस्ट हिम ना ना तिए झूठ ना बोल कन्न ते नहीं मारया कन्न तो दो उंगल थल्ले मारया सी चल बाबा थाने थानेदार साहब मैं चलता पैंदा है थाने पर मैं शीशे वाले पासे बैठूंगा देखो थानेदार साहब मैं हां ड्राइवर जा बंदा
मैनू चमकीले दे गाने बड़े चंगे लगते हैं। थोड़े कोल है कोई चमकीले दी धार्मिक कैसेट? ओ तैनू थाने लेके चले आ, बरात नहीं, चल तुर। चलो फिर एक मिनट, तुसी मैनू सवेरे 4 बजे तड़के तड़के घरे छड़ दोगे? ओ तैनू थाने लेके चले आ, जगराते ते नहीं भाई, तारा राणी की कथा सुनाई ते तैनू 4 बजे घरे छड़ के जाइए, चल तुर। सुन लिया बशर्मा, तेरे प्यो नू पुलिस थाने लेके जा रही है, कुछ बोलता सही? हाथ जोड़े जी थोड़े अगे, बापू साडा बजुर्ग है, जरा ध्यान ना लेके जायो, बोलता। ओ चल तुर हुण, किड्डा बेशर्म है यार, तुरदा ही नहीं। ऑफिसर ने आई नहीं जाना, ए बुढ़े नु तां मैनू ही कढ़ना पऊ इत्थों। दिशा थोनू शर्म आया है कि नहीं? बस बस थाने तां सब लै चलो थाने, मैनू हुण तां एह तां मेरा दम कुटता है, मैनू सजा मिलनी चाहिए क्योंकि मैं अजब बेशर्म पुत जम्मिया। एक गलत दसो थानेदार साहब। बोल बाबा। थोड़े थाने च मैनू रोटी पानी तो मिलेगी? मिलेगी। सोन वास्ते मंजा बिस्तरा तो होगा ना? सब कुछ मिलेगा। ए मेरे पुत दी तरह मेरे धक्के मार के तानी थाने चुकना? नहीं बाबा, नहीं कड़ांगे। एक गल कह, जे थोड़े कानून तो बाहर ना हो। बोल बाबा। अज थोड़े थाने नू पुत खेडू ची करते वे। ओ भाई माना ते तो अपना प्यो एक घंटा भी कर दे विच नहीं रखे गया, ओ ते तो थाना जगा है। शाबाश तेरे काका, कागज दे फुल्लां चो खुशबू नहीं मिलती हुंदी। मैनू मामा कह के तू नकली रिश्ते बनाउंदा फिरदा है, असली रिश्ते नूं ठोकर मारी जाना है। प्रौणिया की हो गया? जे तैनूं नहीं सांभ सकदा, तेरा रिश्तेदार जिउंदा है। सॉरी सर, तुसीं इहनां नूं लैके नहीं जा सकदे, कंप्लेंट कीती इहनां ने। तैनूं शर्म आया है कि नहीं? ढीठ किसे थां दा। निशा कंप्लेंट वापस लै। नहीं। मैं कहा ना कंप्लेंट वापस ले। मैं कहा ना नहीं। नहीं तो फिर बंदा एक नहीं, आज 2 अरेस्ट होंगे। की मतलब? मतलब अब फड़ लो जी। डैडी जी, चाय पियोंगे कि जूस ही कड्डा? तू मैं जुलूस कड्डना बंद कर दे, जूस मैं आपे ही कड लिया करांगा। वैसे गलती तो ना बुढ़िया की भी है, ताड़ी कदे एक हाथ नाल नहीं वजदी। नहीं निशा, अंकल सही ने, आप अपने पेरेंट्स नूं तां किन्नी इज्जत दिंदे आ, पर सा सौरे नूं कुछ नहीं समझते। अच्छा, जे तेनों इन्ना बुढ़िया दा इन्ना ही प्यार होंदा, फिर तू आपदे सौरे नूं पासपोर्ट क्यों नहीं दिंदी? क्योंकि मैं उन्हां नूं बुढ़ापे च रुलदे नहीं देखना चाहुंदी। सोच के वेख निशा, जे सारा परिवार एक दूजे तो दूर बैठा तड़पी जावे तां इहो जी कमाईआं दा की फायदा? कई बेचारे तो अपने माँ प्यो के अंतिम संस्कार तक तो नहीं पहुंचते। पर यार मेरे पर कहना कुछ नहीं निशा, एक गल तो क्लियर आ, अपने बुजुर्गों के गड्ढे चलाउन करके आप अज गड्डिया ते घूम रहे हो। कभी सोचा अपने घर वाले सारा दिन काम करते हैं, ये भी नहीं पता कि बेचारे रात नूं रोटी खांदे आ या भुखे सौंदे आ। बेचारे सारा दिन टैक्सी चलाउंदे ने ते रात नूं सैफी नूं ठा ठा के दुद्ध पियाउंदे ने। मम्मा पापा किधर हो? पापा किधर हो? लै मेरे रिश्तेदार, मेरे मुंडे दा आ गया ब्याह, तेरे सारे टब्बर ने नानके दे फर्ज नूं भाणे। चिंता ही ना कर, देख नानका मेल भी आऊ ते नानक शक भी हैं गड्डवी, पर मेरी शर्त है एक। दसो भाई, व्याह पूरे रस्मां रिवाजां नाल हो जिवें हुंदा सी पहला, बस उवें ही लड्डू जलेबियां चादरे कुर्ते सग्गी फुल फुलकारियां। देख परौणिया, बई धर्म नाल जे तू इत्थे पंजाब दिखा दे ना,
ਸਵਾਦ ਆ ਜੇ ਆ ਬਾਪੂ ਤਾਂ ਤੇਰਾ ਫੇਰ ਪਹੁੰਚ ਗਿਆ ਵੀ ਪੰਜਾਬ ਨੂੰ ਇਹਨਾਂ ਦਾ ਸੱਚ ਵਿਆਹੀਆਂ ਆਪਣੇ ਪੇਕਿਆਂ ਨੂੰ ਨਹੀਂ ਯਾਦ ਕਰਦੀਆਂ ਜਿੰਨਾ ਇਹ ਪੰਜਾਬ ਨੂੰ ਯਾਦ ਕਰਦਾ ਓਏ ਤੁਹਾਡੇ ਬਾਪੂ ਨੇ ਤੁਹਾਡੀ ਕੋਈ ਦੂਜੀ ਬੇਬੇ ਤਾਂ ਨਹੀਂ ਰੱਖੀ ਪੰਜਾਬ ਰਿਸ਼ਤੇਦਾਰ ਦੱਸ ਤੂੰ ਪੰਜਾਬ ਚ ਮੈਂ ਭੇਜੂ ਤੈਨੂੰ ਪੰਜਾਬ ਲੈ ਸਾਡਾ ਬੁੜਾ ਲਵਾ ਦਿੰਦਾ ਪੰਜਾਬ ਦੇ ਵੀਜ਼ੇ ਤੂੰ ਪੰਜਾਬ ਮੈਂ ਭੇਜੂ ਤੈਨੂੰ ਪੰਜਾਬ ਪਰ ਮੇਰੀ ਮਸਾਜ ਕਰਾਣੀ ਪਈ ਚੱਲ ਕਰਾ ਦੂੰ ਕਰਾ ਦੂੰ ਪੱਕਾ ਭੇਜੇਗਾ ਨਾ ਫਿਰ ਕਰ ਲਾ ਪੰਜਾਬ ਹੁਣ ਚੁਨੂ ਕਾ ਪਾਪਾ ਰਾਉਰ ਫੁਨਵਾ ਟਨ ਟਨਾ ਰਹਲਵਾ ਹੇ ਇਹ ਦਿਨ ਮੈਂ ਤਾਲੀ ਪੀ ਕੇ ਪੜਲ ਬਣੀ ਕਾ ਐ ਚੁਨੂ ਕਾ ਪਾਪਾ ਸੁਨਤ ਨਹੀਂ ਹੋ ਇਹ ਫੁਨਵਾ ਟਨ ਟਨਾ ਰਹਲਵਾ ਉੜ ਜਾ ਅਰੇ ਕਾ ਬਕ ਬਕ ਕਾਈਏ ਮਾਰੋ ਦੇਖਾ ਤਾਂ ਨਹੀਂ ਹੈ ਕਿਤਨਾ ਜ਼ਰੂਰੀ ਕੰਮ ਕਰ ਰਹੇ ਹੈ ਹਮ ਨਹੀਂ ਨਾ ਬਕ ਬਕ ਕਰ ਰਹੇ ਹੈ ਤੂੰ ਹਰ ਫੁਨਵਾ ਬਕ ਬਕ ਕਰ ਰਹਾ ਹੈ ਫੋੜ ਦਿਓ ਇੰਟਾ ਮਾਰ ਕਾ ਅਰੇ ਨਹੀਂ ਹਮ ਤਾਂ ਮਜ਼ਾਕ ਕਰ ਰਹੇ تھے ਛੱਕਾ ਲਗਾ ਛੱਕਾ ਠੀਕ ਬਾ ਏ ਏ ਈਲਾ ਕੌਣ ਛਮਿਆ ਕਾ ਫੋਨ ਵਾ ਤਾਂ ਨਾ ਹੈ ਨਾ ਅਰੇ ਕੌਣ ਛਮਿਆ ਤੁਹਾਰ ਫੋਨ ਵਿੱਚ ਛਮਿਆ ਸਮਝ ਕਰ ਉਠਾ ਰਹੀ ਨਹੀਂ ਜ਼ਿੰਦਗੀ ਝਗੜਾ ਤੇ ਕਾ ਢੋਲ ਬਨ ਗਈ ਤੋ ਹਮ ਕੌਣ ਜੋ ਖੁਸ਼ ਬਾਨੀ ਹਾਂ ਹਾਈਲਾ ਓ ਕਿਵੇਂ ਆ ਪੁੱਤ ਗੁਲਾਬ ਸਿੰਘ ਕੀ ਬਤਾਂ ਸਾਹਿਬ ਭੁੱਖੇ ਮਰਤ ਬਾਨੀ ਆਏ ਦੱਸ ਫਿਰ ਬਈ ਹਵੇਲੀ ਸਭ ਤੇਰਾ ਜਵਾਕ ਜੱਲਾ ਨਿਆਣੇ ਸਭ ਠੀਕ ਠਾਕ ਹੈ ਬੱਚੇ ਜੀ ਤੁਹਾਡੇ ਸਮਾਨ ਦਾ ਜਿਹੜੇ ਭਾਂਡੇ ਟਿੰਡੇ ਆ ਉਹਦੀ ਸਾਂਭ ਸੰਭਾਲ ਕਰ ਰਹੇ ਨੇ ਜੀ ਉਹ ਦੇਖੋ ਹਵੇਲੀ ਦਾ ਠੀਕ ਆ ਹਵੇਲੀ ਤੇ ਝਰੀਟ ਵੀ ਨਹੀਂ ਮਾਰ ਦਿੰਦਾ ਜੀ ਮੈਂ ਕਿਸੇ ਨੂੰ ਜੇ ਆਖੋ ਤਾਂ ਫੇਸ ਟਾਈਮ ਕਰਕੇ ਦਿਖਾਵਾਂ ਜੀ ਨਹੀਂ ਕੱਲੀ ਕੱਲੀ ਚੀਜ਼ ਆਪਣੇ ਆਪਣੇ ਥਾਂ ਤੇ ਪਈ ਹੈ ਜੀ ਬਹੁਤ ਸਾਂਭ ਸੰਭਾਲ ਕੀਤੀ ਹੋਈ ਹੈ ਜੀ ਆਏ ਦੱਸ ਮੈਨੂੰ ਮਿਸ ਕਰ ਦੇਂਗਾ ਨਾ ਬਹੁਤ ਜੀ ਹੁਣ ਤਾਂ ਜੀ ਨਹੀਂ ਲੱਗਦਾ ਜੀ ਤੁਹਾਡੇ ਬਿਨਾਂ ਲੱਗਦਾ ਹਵੇਲੀ ਦਾ ਆਉਂਦਾ ਹੈ ਨੀ ਉਠੋ ਓਏ ਉਠੋ ਉਹ ਆ ਗਈਆਂ ਕੌਣ ਆ ਗਈਆਂ ਉਹ ਜਿਹੜੀਆਂ ਘਰ ਦੀਆਂ ਮਾਲਕ ਨੇ ਉਹੀ ਆ ਗਈਆਂ ਹੈ ਉੜੋ ਬਜੋ ਤੂੰ ਯਾਰ ਬੈਂਕ ਮੈਨ ਕਮਰਾ ਉਹ ਨਾ ਮੈਂ ਦੱਸਦਾ ਕੀ ਕਰਨਾ ਬਚ ਲੋ ਭਾਜੀ ਅੱਜ ਬਾਰਿਸ਼ ਹੋ ਗਈ ਵਿਚਾਰੇ ਸਫਾਈ ਕਰਦੇ ਕਰਦੇ ਥੱਕ ਗਏ ਹੋਣੇ ਆ ਹਾਉ ਸਵੀਟ ਕਿਉਂ ਗਿਆ ਬੰਦੇ ਆ ਗਏ ਮੈਂ ਇੰਨੀ ਛੇਤੀ ਆ ਗਏ ਮੇਰਾ ਮੂਡ ਠੀਕ ਨਹੀਂ ਸੀ ਤੁਸੀਂ ਠੀਕ ਹੋ ਮੈਂ ਸੁੱਤਾ ਪਿਆ ਸੀ ਯਾਰ ਸਮੈਲ ਕੀ ਆ ਰਹੀ ਆ ਕੁਛ ਚੱਲ ਰਿਹਾ ਯਾਰ ਯਾਰ ਮੇਰਾ ਤਾਂ ਬਾਲਾ ਬੁਰਾ ਹਾਲ ਹੈ ਮੈਂ ਤਾਂ ਨੀਂਦ ਨੀਂਦ ਚ ਆਟਾ ਗੁੰਦਾ ਰਹਿੰਦਾ ਨੀਂਦ ਨੀਂਦ ਚ ਪਿਆਜ ਕਰਦਾ ਰਹਿੰਦਾ ਰਸੋਈ ਚ ਬੱਤ ਰਹਿੰਦਾ ਨਾ ਲੱਗਦਾ ਮੈਂ ਨੀਂਦ ਨੀਂਦ ਚ ਨਾ ਅੱਜ ਤੇਰੇ ਵਾਸਤੇ ਚਿਕਨ ਬਣਾਤਾ ਚਿਕਨ ਤਾਂ ਮੈਂ ਖਾਂਦੀ ਵੀ ਨਹੀਂ ਯਾਰ ਹੁਣ ਨੀਂਦ ਚ ਥੋੜੀ ਬੰਦੇ ਨੂੰ ਪਤਾ ਹੈ ਵੀ ਤੂੰ ਚਿਕਨ ਖਾਂਦੀ ਹੈ ਕਿ ਨਹੀਂ ਖਾਂਦੀ ਓਕੇ ਓਕੇ ਨੈਚੁਰਲ ਵੀ ਹੋ ਸਕਦਾ ਕੁਝ ਯਾਰ ਹੱਥ ਵੀ ਤੇਰੇ ਤੁਸੀਂ ਸਟ੍ਰੈਸ ਨਾ ਲਿਆ ਕਰੋ ਨਾ ਓਕੇ ਰਿਲੈਕਸ ਕਰੋ ਹਾਏ ਹਾਏ ਮੈਂ ਨਾ ਇਹਨਾਂ ਲਈ ਪਾਣੀ ਲੈ ਕੇ ਆਉਣੀ ਆ ਪਾਣੀ ਪਾਣੀ ਪਰ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਧੜਕੇ ਭੱਜ ਆਵੇ ਮਿੱਤਰਾ ਭੱਜ 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 ਪਾਣੀ ਪਾਣੀ ਲੈ ਕੇ ਹੋ ਗਈ ਕੀ ਹੈ ਪਾਣੀ ਖਬਰਦਾਰ ਮੇਰੀ ਟੈਕਸੀ 'ਚ ਵੜਨ ਦੀ ਕੋਸ਼ਿਸ਼ ਕੀਤੀ ਤੇ ਕੌਣ ਬਦਤਮੀਜ਼ ਹੈ ਯਾਰ ਭੈਣ ਜੀ ਕਿਉਂ ਤੰਗ ਕਰ ਰਹੇ ਹੋ ਹੈਲੋ ਪਿੱਛੇ ਹੋ ਜਾਈ ਯਾਰ ਸਾਰੇ ਟੈਕਸੀ ਥੱਲੇ ਨਾ ਆ ਜਾਇਓ
यार लोकी नॉनसेंस हो गए सड़कां दे उत्ते लोकां ने कंधा बनाती पिछे हो जाइए सरे पैंजी तुसी थल्ले आ जाना मेरी गड्डी दे 911 सम लेडी वांट टू कम अंडर माय कार आके फड़ लो उनू हेलो ओ इधर ना तुसी इत्थे किवें ਮੈਨੂੰ ਲੱਗਦਾ ਜੀ ਕਿਤੇ ਨੀਂਦ ਚ ਸੁੱਤਾ ਸੁੱਤਾ ਹੀ ਮੈਂ ਕਿਸੇ ਦੇ ਘਰ ਆ ਗਈ ਟੋਲ ਪਲਾਜ਼ਾ ਆ ਗਿਆ ਡੈਡੀ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਮੈਨੂੰ ਲੱਗਦਾ ਮੈਨੂੰ ਵੀ ਇਹਦੇ ਵਾਲੀ ਬਿਮਾਰੀ ਲੱਗ ਗਈ ਹੈ ਨੀਂਦ ਚ ਤੁਰਨ ਦੀ ਮੇਰੀ ਗੱਲ ਸੁਣ ਲਓ ਦੋਨੋਂ ਜਾਣੇ ਜਿੱਦੇ ਰਾਤ ਨੂੰ ਨੀਂਦ ਦੇ ਵਿੱਚ ਮੈਂ ਕਿਸੇ ਪਾਸੇ ਤੁਰ ਗਈ ਨਾ ਪਿਓ ਪੁੱਤ ਮੱਥੇ ਤੇ ਹੱਥ ਮਾਰ ਮਾਰ ਰੋਂਗੇ ਚਲੋ ਘਰ ਨੂੰ ਤੁਰੋ ਚੱਲਦੇ ਹਾਂ ਤੁਸੀਂ ਵੀ ਚਲੋ ਦਾਰੂ ਵਾਸਤੇ ਪੈਸੇ ਲੱਭਦਾ ਸੀ ਰਾਤ ਬੰਦੇ ਵੱਧ ਗਏ ਯਾਰ ਅੱਛਾ ਠੀਕ ਆ ਆ ਵੀ ਲੈ ਲਓ ਆਪ ਆ ਚੜ ਗਏ ਨੇ ਜੋ ਤੁਹਾਡੇ ਬਾਪੂ ਨੇ ਦਿੱਤੇ ਸੀ ਇਹਨਾਂ ਨੂੰ ਵੇਚ ਕੇ ਚਾਹੇ ਦਾਰੂ ਪੀ ਲਓ ਚਾਹੇ ਪਾ ਲਓ ਕੋਈ ਕੰਮ ਤਾਂ ਹੁੰਦਾ ਨਹੀਂ ਤੁਹਾਡੇ ਕੋਲੋਂ ਫਿਰ ਐਂ ਕਾਤੇ ਕਰਦੀ ਆ ਤੁਹਾਡੇ ਕੋਲੋਂ ਪਰੇਸ਼ਾਨ ਹੋ ਗਈਆਂ ਤਾਂ ਕਰਦੀ ਆ ਜੇ ਤੁਹਾਨੂੰ ਪਿਓ ਪੁੱਤ ਨੂੰ ਥੋੜੀ ਜਿਹੀ ਵੀ ਸ਼ਰਮ ਹੈਗੀ ਆ ਨਾ ਕੋਈ ਕੰਮ ਲੱਭ ਲਓ ਬੇਸ਼ਰਮ ਕਿਸੇ ਥਾਂ ਦੇ ਕੁਝ ਸੋਚਿਆ ਕੰਮ ਬਾਰੇ ਯਾਰ ਰਾਤ ਸੋਚਣ ਹੀ ਲੱਗੇ ਸੀ ਬਸ ਸੋਚਦੇ ਸੋਚਦੇ ਸੈੱਟ ਹੋ ਗਏ ਜੋ ਵੀ ਸੋਚਣਾ ਜਲਦੀ ਸੋਚ ਲਓ ਨਹੀਂ ਤਾਂ ਕਰੇ ਬੜੇ ਹੋਣਾ ਵੇਲਣ ਕਿਸੇ ਥਾਂ ਦੇ ਦਾਦੂ ਉਹ ਪੁੱਤ ਤੂੰ ਸੁੱਤਾ ਨਹੀਂ ਹਲੇ ਤੱਕ ਨੀਂਦ ਨਹੀਂ ਆ ਰਹੀ ਸੀ ਕਿਉਂ ਮੈਂ ਕਦੇ ਗੇਮ ਖੇਡਦਾ ਕਦੇ ਟੀਵੀ ਦੇਖਦਾ ਪਰ ਨੀਂਦ ਆ ਹੀ ਨਹੀਂ ਰਹੀ ਓਏ ਪੁੱਤ ਨੀਂਦ ਟੀਵੀ ਦੇਖਣ ਨਾਲ ਜਾਂ ਗੇਮਾਂ ਗੂਮਾਂ ਖੇਡਣ ਨਾਲ ਨਹੀਂ ਆਉਂਦੀ ਹੁੰਦੀ ਨੀਂਦ ਆਉਂਦੀ ਹੈ ਦਾਦੇ ਦਾਦੀ ਦੀਆਂ ਕਹਾਣੀਆਂ ਸੁਣ ਕੇ ਦਾਦੂ ਫਿਰ ਮੈਨੂੰ ਸੁਣਾਉਂਗੀ ਕਹਾਣੀ ਲੈ ਹਾਂ ਆ ਜਾ ਮੇਰਾ ਸ਼ੇਰ ਕਿਹੜੀ ਕਹਾਣੀ ਸੁਣੀ ਹੈ ਤੈਂ ਦਾਦੂ ਉਹੀ ਸੁਣਾ ਦੋ ਕਿਹੜੀ ਉਹੀ ਆਟੇ ਦੀ ਚਿੜੀ ਵਾਲੀ ਸੁਣ ਫਿਰ ਪੁੱਤ ਜਦੋਂ ਮੈਂ ਤੇਰੇ ਕ ਜਿੱਡਾ ਹੁੰਦਾ ਸੀ ਨਾ ਪਿੰਡ ਚ ਆਪਣਾ ਇੱਕ ਘਰ ਹੁੰਦਾ ਸੀ ਤੇ ਉਹਦੇ ਚ ਕਾਟੇ ਦੀ ਚਿੜੀ ਰਹਿੰਦੀ ਸੀ ਜਿਹਦੀ ਚੁੰਝ ਸੋਨੇ ਦੀ ਹੁੰਦੀ ਸੀ ਤੇ ਉਹਦੇ ਖੰਭ ਸੁਨਹਿਰੀ ਕਣਕ ਵਰਗੇ ਜਦੋਂ ਮਾਂ ਉਹ ਚਿੜੀ ਆਪਣੇ ਪੁੱਤ ਨੂੰ ਦਿੰਦੀ ਤਾਂ ਬੱਚੇ ਨੂੰ ਇਉਂ ਲੱਗਦਾ ਜਿਵੇਂ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਦੀ ਮੁੱਠੀ ਚ ਹੋਣ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਜਿਉਂਦੀ ਰੱਖੀ ਸੀ ਉਹ ਚਿੜੀ ਪਰ ਕਈ ਮੇਰੇ ਵਰਗੇ ਮੰਦ ਭਾਗੇ ਤੇ ਮਜਬੂਰੀਆਂ ਦੇ ਮਾਰੇ ਉਹ ਆਟੇ ਦੀ ਚਿੜੀ ਨੂੰ ਛੱਡ ਕੇ ਪਰਦੇਸੀਆਂ ਵਸੇ ਅੱਜ ਵੀ ਬਹੁਤ ਯਾਦ ਆਉਂਦੀ ਹੈ ਉਹ ਆਟੇ ਦੀ ਚਿੜੀ ਬਹੁਤ ਜੀ ਕਰਦਾ ਮੁੜ ਕੇ ਦੁਬਾਰਾ ਤੋਂ ਉਹਦੀ ਚੀ 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 ਸੁਣਨ ਨੂੰ ਤੂੰ ਹੁਣ ਖਾਈ ਹੋ ਜਾਏਗਾ ਕਿ ਤੋੜੇਗਾ ਵੀ ਮੈਨੂੰ ਤਾਂ ਇਹ ਬੇਰੀਆਂ ਜਿਹੀਆਂ ਤੋੜਦੇ ਹੋਏ ਬਹੁਤ ਸ਼ਰਮ ਲੱਗਦੀ ਹੈ ਮੇਰਾ ਤਾਂ ਜੀ ਕਰਦਾ ਮੈਂ ਮੂੰਹ ਤੇ ਪੱਲਾ ਲੈ ਲਾਂ ਉਹ ਤੈਨੂੰ ਸ਼ਰਮ ਕਾਹਤੋਂ ਆ ਜਾਂਦੀ ਹੈ ਯਾਰ ਸਭ ਤੇ ਟਰੱਕ ਦਾ ਮਾਲਕ ਇੱਥੇ ਬੇਰੀਆਂ ਤੋੜਦਾ ਚੰਗਾ ਲੱਗਦਾ ਹੁਣ ਤੈਨੂੰ ਕਾਹਦਾ ਹਸਾ ਗਿਆ ਵੀਰੇ ਤੂੰ ਰੋਨਾ ਇੱਕ ਟਰੱਕ ਨੂੰ ਉਹ ਦੇਖ ਸਰਦਾਰ ਕਾਲੀ ਪੱਗ ਵਾਲਾ ਓਏ ਉਹ ਵੀ ਬੇਰੀਆਂ ਤੋੜ ਰਿਹਾ ਜਿਹੜਾ ਸਾਰੀ ਟਰਾਂਸਪੋਰਟ ਦਾ ਮਾਲਕ ਸੀ ਉੱਥੇ ਮੇਰਾ ਮੁੰਡਾ ਤੇਰਾ ਦੋਸਤ ਆ ਉਹਨੂੰ ਕਹਿ ਕੇ ਮੇਰੀ ਨੌਂ ਤੋਂ ਮੇਰਾ ਪਾਸਪੋਰਟ ਲੈ ਦੇ
एक बारी पंजाब चला गया मुड़ के मैं इत्थे वापस नहीं आउंदा। ताया मैं पासपोर्ट की दवाना है, जिंदपुरे वाले सरपंच साहब बैठे ने, इन्हां नूं कह इदां दे मसले सरपंच साहब हल करदे हुंदे आ। ओ मैं कित्थों दवा दूं, मेरा तां आपदा नहीं मिलदा, नूं दबी बैठी है। तुहाडा पासपोर्ट तां दुनिया च बस इक्को ही बंदा दवा सकदा है। कौन? मैं। ओ किवें? ओ तूं सुणिया है ना कि जदों सिद्धी उंगली नाल ग्रीस ना निकले टेटी कर लेनी चाहिदी है। हुण की होया? कुप्पी ना कटनी चाहिदी है कुप्पी नाल। ये तेरी कुप्पी कुप्पी मिलू कित्थों? जदों व्याह दे विच सारे मस्त होणगे ना उदों खड़का दांगे कुप्पी च रोड़ों। मिंती कर लिया मामा पूरा भी आया कि नहीं? 36 इंच लिया भी मुंह मिठा करा भाई। ए हरे सूट वाली साड़ी लगती है अपनी। लो जी आओ जी करो मिंतियां भाई। की है नाल ही दसदा यार। मैनू क्यों खिंची जा रहा है? त्यार है? मैं तो पूरा त्यार है। पासपोर्ट? मैं पासपोर्ट दा की करना है? कुप्पी। अच्छा हाँ। फिर तो पासपोर्ट चोरी करना है। पर पासपोर्ट है किथे? अलमारी च। अलमारी दी चाबी किथे है? पर्स च। ओए पर्स किथे है? बाज। ओए बाज किथे है? अलीजा रानी कोले। फिर तो बाहम फटनी पाऊगी। ए मेरी फ्रेंड आ, इन्हें क्या पंजाबी ब्याह देखना सो मिले। अच्छा ओके चल ठीक है, तेनु पंजाबी सूट नहीं पसंद, पंजाबी डांस तो पसंद है ना। चल पंजाबी डांस कर दिया। आ पर्स तू इनू फड़ा दे। हां कैन यू हैंग ऑन टू दिस, आई एम गोइंग टू डांस। चल हुन हुन तो बाहम गल च पानी है भेड़िया। तेरा कुड़िया च चार चाकर ओप टोपदा, जट दा मंडीर विच रैंक टोपदा, जेड़ा मर्जी तू सूट जक मैं नहीं टोकदा, मर्जी तू सूट बहुत महंगा यार। पर तेरा हौला जी मैं फैदर बिलो, महंगा पर लूती आला
कले कले हाँ कले कले साथ जट बोलदा नी साडे बोल दी बरात विच तू कले कले साथ जट बोलदा नी साडे बोल दी बरात विच तू तोर तेरी विलो ठाल दी आ कहर नी ठाल दी है कहर नी न्यूयॉर्क होवे जा फिर नवा शहर नी गुण आने वाला जट भी दलेर नी गुण आने वाला जट भी दलेर नी नी कदे वेखी अजमा के जट नू कले कले तेरे कले कले हाँ कले कले सा विच जट बोल अंदर जाके अपना काम शुरू कर मैं इते बाहर खड़ा होके दरवाजा खड़कांदा जे खड़का बंद हो गया तो समझी कोई आ गया ओए खड़का सुन के ताजी नु नहीं भी पता लगदा उन्हें पता लग जो चल तू आई करी खंग दी ओ हुन की हो गया हैं जे खंग ना आई तो कुछ नहीं तिलकन लगा सी माड़ा जा ओए खड़ जा बीरे खड़ जा बेबे कहंदी हुंदी सी तेरी बेबे कहंदी बहुत सी तेरे भले दी गल कहंदी सी बता मेरे बाप ओ कहंदी सी कोई भी नवा काम शुरू करन तो पहला रब दा नाम जरूर ध्याना चाहिदा है आपा अरदास ना कर लिए मेरे कर ले हाथ जोड़ो अखा बंद कर भी रे अरदास होगी मैं सोचे से तू शुरू करूंगा चलो करो काम शुरू बस पासपोर्ट ही चक्की पैसे ना चक ली लंका फते फेरे हूं बाहर जाके दो मोटे मोटे पिग लगे चार ला ली पर लंका का जद बुजद पते हुई है क्यों हूं कि मेरा टिकट कदों तो कराने है टिकट तू परसों नहीं फिर मेरी मसाज कौन कराऊंगा बोलना नहीं ओए खासमा सारा कुछ कर दूंगा पर इतों दिल को नहीं बेरे पहला गल खोल लेनी चंगी होंगी मसाज करा के मेरे अनचित दारा दादू तोड़ गया अड़ी जे तुसी बग्गे मैनू आटे दी चिड़ी दी कहानी कौन सुनाया करू ओ पुत तेरी मम्मी सुना दूंगी तेनू आटे दी चिड़ी दी कहानी तू एनू जा लैण दे मम्मा कोले तां गल करन दा वी टाइम नहीं ओ कित्थों सुनाउणगे आटे दी चिड़ी दी कहानी दादू मैं नहीं मैं थोड़े नाल चलूं ओ नहीं पुत
फुल तां टाणियां नाल ही सोहणे लगदे ने। मैं फुल्लां दी थां ते कंडे बीज बैठे सी। हुण मैं नहीं चाहुंदा कि ओही कंडे मेरा पोता अपने मां बाप तो बिना चुगे। ना दादू, मैनू नहीं पता मैं तुहाडे नाल जाणा। जे तुसीं बागे मेरे नाल खेडिया किहड़ा करूं? पुत, मैं हैगा ना, असीं दोवें खेडिया करांगे बांदर किला। जिद ना कर पुत, छड दे इहदा हाथ। हुण किहनूं उड़ीकदा है तूं? तोड़ दे मोहता पिंजरा, मार जाओ ठारी। दादू नहीं, जे तुसीं बागे मैं मर जाऊं तुहाडे बिना। किवें मर जाएंगे तू? तेरा तो कोई स्टैंड ही नहीं है। ओए, तू तो कहंदा सी भी पासपोर्ट मेरे हाथ ते रख दे ते टिकट लई चोरियां करूंगा, है भीख मंगूंगा। हुण पासपोर्ट मैं तेरे हाथ ते रखता, तू मुकर ही गया, मुंह दियां तन्ना खोल के बह गया। वाह तेरे पल्या, कुछ रिश्ते जो होंदे ने नौ मास वर्गे, जिन्ना तो भज नहीं सकता बंदा। ठीक है, पर एक गल मेरी याद रखी तू, जे है ना रिश्ते नते तो पीक ना मंगाई ता मैनू पाला ट्रांसपोर्टर ना कह तू, रिश्ते ते तो पीक मंगाण गे। याद रखी मेरी गल, तू याद रखी, पीक मंगेगा तू दलीपिया, पीक। हां जी धीए, $10 दे दे। देख ला, शर्म तो नहीं आती भीख मंगदिया नू, सरदार होके भीख मंगदे हो। निशा, लीव इट। यार मैं इदा कोई सरदार बंदा भीख मंगदा नहीं देखिया। सरदार बंदे तो लंगर लाउंदे ने, ते तुसी अपनी पग नू दाग ला रहे हो। कई बारी मजबूरियां बंदे ने इहो जे मोड़ ते खड़ा कर दिंदियां धीए, जो असी सोच भी नहीं सकते ते सानू उह करना पैंदा। मजबूरियां माय फुट, वेलियां खाण दा चंगा तरीका तुहाडा। ना ना धीए, मैं वेलियां नहीं खांदा, सारी उम्र दसां नौवां दी किरत खाधी है, ते इसे किरत नाल मैं अपने परिवार नू सैट कीता है। सुमरे भी हड्ड तोड़ भी मेहनत करदा, ते जदों मेरी मेहनत दा चैक आउंदा ओह मेरी नूह खोह लैंदी। मेरी नूह मेरा पासपोर्ट भी नहीं दिंदी, 5 साल हो गए मैनू ओहदे कोल पासपोर्ट मंगदिआं। हार के मैं पासपोर्ट तां चोरी कर लिया, पर टिकट लैण जोगे मेरे कोल पैसे है नहीं। ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪੰਜਾਬ ਪਹੁੰਚਾ ਦਿਓ, ਆਪਣੇ ਪਿੰਡ, ਆਪਣੀ ਮਿੱਟੀ। ਉਹ ਮੈਨੂੰ ਦੱਸ ਵੀ ਪੰਜਾਬ ਜਾਣ ਦਾ ਟਿਕਟ ਹੀ ਦੇ ਦਿਓ। ਉਹ ਮੇਰੀ ਮਜਬੂਰੀ ਵੱਲ ਦੇਖੋ, ਸਰਦਾਰਾ ਮੈਂ ਮਜਬੂਰ ਹਾਂ। ਉਹ ਜਾ ਜਾ ਰਹਾ ਸਰਦਾਰ ਹੋ ਕੇ ਭੀਖ ਮੰਗਦਾ।
ਬਣਾ ਲਿਆ ਮੈਂ ਕਹਤਾ ਮੈਂ ਨਹੀਂ ਜਾਣਾ ਐ ਕਿਵੇਂ ਨਹੀਂ ਜਾਣਾ ਪੁੱਤ ਹੁਣ ਤਾਂ ਜਾਣਾ ਹੀ ਪੈਣਾ ਭਾਵੇਂ ਹੱਥ ਪੈਰ ਨਰੜ ਕੇ ਨਾ ਜਹਾਜ਼ 'ਚ ਬਿਠਾਉਣਾ ਪਵੇ ਤੈਨੂੰ ਇਹ ਕੀ ਹੈ ਪਾਸਪੋਰਟ ਬਹੁਤ ਕਾਲੀ ਸੀ ਨਾ ਤੁਹਾਨੂੰ ਪੰਜਾਬ ਜਾਣ ਦੀ ਸਮਝ ਨਹੀਂ ਆ ਰਿਹਾ ਐਸਾ ਕੀ ਆ ਪੰਜਾਬ 'ਚ ਸਭ ਕੁਛ ਹੈ ਮੈਂ ਜੰਮੇ ਵਾਲੇ ਉੱਥੇ ਤੁਸੀਂ ਜੰਪਲ ਉੱਥੋਂ ਦੇ ਉਹ ਤੁਹਾਡਾ ਮੁਲਕ ਆ ਅਸੀਂ ਇੱਥੋਂ ਦੇ ਜੰਪਲ ਆ ਇਹ ਸਾਡਾ ਮੁਲਕ ਆ ਧੀਏ ਇੱਕ ਵਾਰੀ ਜਾ ਕੇ ਤਾਂ ਦੇਖ ਮੇਰਾ ਰੰਗਲਾ ਪੰਜਾਬ ਓ ਗੋਡ ਤੁਹਾਡਾ ਰੰਗਲਾ ਪੰਜਾਬ ਗੰਦਲਾ ਹੋ ਚੁੱਕਾ ਹੈ ਅਬ ਚੱਕੋ ਪਾਸਪੋਰਟ ਤੇ ਜਾਓ ਦੇਖ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ ਆਪਾਂ ਸਾਰੇ ਨੇ ਉੱਥੇ ਜਾ ਕੇ ਕੀ ਕਰਨਾ ਹੁਣ ਜੜਾਂ ਨੇ ਆਪਣੀਆਂ ਪੰਜਾਬ 'ਚ ਪੰਜਾਬ 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 ਉਹੋ ਜਿਹਾ ਨਹੀਂ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ ਨਹੀਂ ਬੱਚੇ ਮੈਂ ਪੰਜਾਬ ਜਿਹੋ ਜਿਹਾ ਛੱਡ ਕੇ ਆਇਆ ਸੀ ਪੰਜਾਬ ਬਿਲਕੁਲ ਉਹੋ ਜਿਹਾ ਹੀ ਹੈ ਤੈਨੂੰ ਗਲਤ ਫਹਿਮੀ ਹੋ ਗਈ ਠੀਕ ਆ ਤੁਹਾਡਾ ਆਹ ਵਹਿਮ ਵੀ ਦੂਰ ਕਰ ਦਿੰਦੇ ਹਾਂ ਆਪਾਂ ਸਾਰੇ ਚੱਲਦੇ ਹਾਂ ਪੰਜਾਬ ਇੱਕ ਮਹੀਨੇ ਲਈ ਅਤੇ ਜੇ ਪੰਜਾਬ ਉੱਦਾਂ ਦਾ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ ਮੈਂ ਤੁਹਾਡੀ ਹਰ ਗੱਲ ਮੰਨੂੰਗੀ ਪਰ ਜੇ ਨਹੀਂ ਰਿਹਾ ਤਾਂ ਤੁਹਾਨੂੰ ਮੇਰੀ ਹਰ ਗੱਲ ਮੰਨਣੀ ਪੈਣੀ ਆ ਮਨਜ਼ੂਰ ਉਹ ਨਾਲਾ ਸ਼ਰਤ ਨਾਲਾ ਸ਼ਰਤ ਮੈਂ ਕੋਈ ਨੇਪਾਲ ਤੋਂ ਨਹੀਂ ਆਇਆ ਮੈਂ ਵੀ ਹੁਣੇ ਹੁਣੇ ਪੰਜਾਬ ਤੋਂ ਆਇਆ ਹੈ ਹੁਣ ਉਹ ਜਿਹਾ ਪੰਜਾਬ ਨਹੀਂ ਰਿਹਾ ਜਿਹੋ ਜਿਹਾ ਤੂੰ ਸੋਚਦਾ ਹੈ ਲੱਗੀ ਸ਼ਰਤ ਡਨ ਕਰਾਓ ਟਿਕਟਾਂ ਚੰਗਾ ਵੀ ਮਿੱਤਰਾ ਮੇਰੀ ਮਿੱਟੀ ਨੂੰ ਮੇਰਾ ਸਲਾਮ ਕਹੀ ਉਹਨੂੰ ਕਹੀ ਕਿ ਤੇਰਾ ਪੁੱਤ ਤੇਰੇ ਤੋਂ ਦੂਰ ਜ਼ਰੂਰ ਬੈਠਿਆ ਪਰ ਤੇਰੀ ਖੁਸ਼ਬੂ ਨੂੰ ਹਾਲੇ ਤਾਂ ਹੀ ਨਹੀਂ ਭੁੱਲਿਆ ਮਿੱਟੀ ਨੂੰ ਤਾਂ ਕਹਿ ਦੂੰ ਬਾਈ ਕਿਸੇ ਬੰਦੇ ਬੰਦੇ ਨੂੰ ਵੀ ਕੋਈ ਸੁਨੇਹਾ ਲਾਉਣਾ ਦੱਸ ਦਿਓ ਲਾ ਦੂੰ ਨਹੀਂ ਬਸ ਠੀਕ ਆ ਤੂੰ ਮਿੱਟੀ ਨੂੰ ਹੀ ਕਹਿ ਦੀ ਬੰਦਿਆਂ ਨੂੰ ਮੈਂ ਆਪੇ ਹੀ ਕਹਿ ਲੂੰਗਾ ਠੀਕ ਹੈ ਅੱਛਾ ਹੁਣ ਇੱਕ ਗੱਲ ਸੁਣ ਲਓ ਮੇਰੀ ਧਿਆਨ ਦਾ ਹਾਂ ਦੱਸ ਤੇਰਾ ਕੰਮ ਤਾਂ ਹੋ ਗਿਆ ਹੁਣ ਮੇਰਾ ਕੰਮ ਨਾ ਭੁੱਲੀ ਮੈਂ ਕਰ ਦੂੰ ਆ ਕੇ ਮੇਰੇ ਤੋਂ ਤਾਂ ਜਾਣ ਹੀ ਹੋਣਾ ਆ ਮੇਰੇ ਵੱਲੋਂ ਥੋੜਾ ਜਿਹਾ ਸ਼ਗਨ ਦੇ ਦੀ ਉਹ ਉਡੀਕਦੀ ਹੋਗੀ ਵਿਚਾਰੀ ਤੇ ਨਾਲੇ ਸਾਰਾ ਟੱਬਰ ਲੈ ਕੇ ਜਾਇਓ ਵਿਆਹ ਤੇ ਲੈ ਜਾਵਾਂਗੇ ਮਸਾ ਮਸਾ ਤਾਂ ਪੰਜਾਬ ਦਾ ਵਿਆਹ ਮਿਲਿਆ ਦੇਖਣ ਨੂੰ ਸਤਿ ਸ਼੍ਰੀ ਅਕਾਲ ਤਾਇਆ ਵੀਹ ਫੁੱਟ ਦੂਰ ਹੈ ਵੀਹ ਫੁੱਟ ਨਹੀਂ ਤਾਇਆ ਮੈਂ ਤਾਂ ਮਾਫ਼ੀ ਮੰਗਣ ਆਇਆ ਤੇ ਪੈਸੇ ਆ ਕਿਰਾਇਆ ਨਹੀਂ ਤਾਇਆ ਇਹ ਤਾਂ ਉੜਾ ਮਾਰੀ ਧਰਤੀ 'ਤੇ ਪੈਣ ਵਾਲੀ ਉਹ ਪਹਿਲੀ ਬੂੰਦ ਆ ਜਿਹਦੇ ਪੈਣ ਨਾਲ ਸ਼ਾਇਦ ਸਾਡੇ ਘਰ ਦਾ ਬਗੀਚਾ ਫਿਰ ਹਰਿਆ ਭਰਿਆ ਹੋ ਜੇ ਕਨੇਡਾ ਆਉਣ ਤੋਂ ਪਹਿਲਾਂ ਮੇਰੇ ਬਾਪੂ ਨੇ ਸਾਰੀ ਜ਼ਮੀਨ ਗਹਿਣੇ ਰੱਖ ਕੇ ਮੈਨੂੰ ਇੱਥੇ ਭੇਜਿਆ ਸੀ ਮੈਂ ਵੀ ਇੱਥੇ ਆ ਕੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਸਗੋਂ 18-18 ਘੰਟੇ ਦਿਨ ਰਾਤ ਕੰਮ ਕਰਕੇ ਕਈ ਕਈ ਦਿਨ ਭੁੱਖੇ ਰੱਖਿਆ ਰਕਮ ਜੋੜੀ ਹੈ ਤੁਹਾਡਾ ਕਿਰਾਇਆ ਤਾਂ ਤਾਇਆ ਮੈਂ ਫਿਰ ਵੀ ਦੇ ਦੂੰ ਪਰ ਮੇਰੀ ਆ ਮਾਨਤ ਮੇਰੇ ਘਰ ਪਹੁੰਚਾ ਦੇ ਸ਼ਾਇਦ ਸਾਡੀ ਜ਼ਮੀਨ ਬਚ ਜੇ ਨਹੀਂ ਤਾਂ ਬੈਂਕ ਵਾਲੇ ਸਾਡਾ ਟਰੈਕਟਰ ਲੈ ਜਾਣਗੇ ਤਾਇਆ ਕਿਵੇਂ ਲੈ ਜਾਣਗੇ ਤੇਰੇ ਤਾਏ ਦੇ ਹੁੰਦੇ ਟਰੈਕਟਰ ਦੱਸ ਕੇ ਲੈ ਜਾਣਗੇ ਓਏ ਆਪਣੇ ਬਾਪੂ ਨੂੰ ਲੈ ਜਾਓ ਟਾਈਮ ਨਾਲ ਜਿਵੇਂ ਸਾਰਿਆਂ ਕੋਲੋਂ ਪੈਸੇ ਫੜੀ ਜਾਂਦੇ ਨੇ ਦਿੱਲੀ ਏਅਰਪੋਰਟ ਤੇ ਫੜਿਆ ਜਾਣਾ ਹੀ ਲਵੀ ਕਿੱਥੇ ਆ ਕਿੱਥੇ ਆ ਲਵੀ ਸੈਫੀ ਤੂੰ ਮੇਰੇ ਨਾਲ ਗੁੱਸੇ ਕਾਤੋਂ ਆ ਮੈਨੂੰ ਨਾ ਬੁਲਾ ਤੂੰ ਮੈਨੂੰ ਛੱਡ ਕੇ ਪੰਜਾਬ ਜਾ ਰਿਹਾ ਹੁਣ ਮੈਂ ਕਿੱਦੇ ਨਾਲ ਖੇਡਿਆ ਕਰੂੰਗੀ ਮੈਂ ਨਾ ਉੱਥੋਂ ਤੇਰੇ ਲਈ ਟੌਇਜ਼ ਲੈ ਕੇ ਆਊਂਗਾ ਖੜਾਉਣੇ ਤਾਂ ਇੱਥੇ ਵੀ ਤਾਂ ਮਿਲਦੇ ਆ ਹਾਂ ਮੈਂ ਤੇਰੇ ਲਈ ਚਾਕਲੇਟ ਲੈ ਕੇ ਆਊਂਗਾ ਮੇਰੇ ਕੋਲ ਤਾਂ ਬਹੁਤ ਸਾਰੇ ਆ ਆਈਡੀਆ ਮੈਂ ਨਾ ਤੇਰੇ ਲਈ ਆਟੇ ਦੀ ਚਿੜੀ ਲੈ ਕੇ ਆਊਂਗਾ ਆਟੇ ਦੀ ਚਿੜੀ ਉਹ ਕੀ ਹੁੰਦੀ ਆ ਉਹ ਬੜੀ ਸੋਹਣੀ ਹੁੰਦੀ ਆ ਉਹਦੀ ਸੋਨੇ ਦੀ ਚੁੰਝ ਹੁੰਦੀ ਆ ਵਿਸਾਖੀ ਦੀਆਂ ਸੁਨਹਿਰੀ ਕਣਕਾਂ ਵਰਗੀ ਉਹਦੇ ਪਰ ਹੁੰਦੀ ਆ ਹੈ ਵੀਰੇ ਜ਼ਰੂਰ ਲੈ ਕੇ ਆਈ ਦੇਖ ਕੇ ਵੀਰੇ ਭੁੱਲ ਨਾ ਜਾਈ ਪ੍ਰੋਮਿਸ ਪੱਕਾ ਪ੍ਰੋਮਿਸ ਆਟੇ ਦੀ ਚਿੜੀ ਵੀ ਕੋਈ ਭੁੱਲਣ ਵਾਲੀ ਚੀਜ਼ ਆ Thank you.
रिश्ते हम नहीं तोड़ेंगे तोड़ेंगे तुम मगर तेरा साथ ना छोड़ेंगे। ओ काका एक कार है कि किदा दबदे थोड़ी जी टूट गए दोस्त ਇਹਨੇ ਤਾਂ ਬਣੂਗੀ ਨਾ ਕਿਹਾ ਸੀ ਡੰਗਰ ਕੋਈ। ਓ ਮਾਈ ਗੋਡ ਜਾ ਕੇ ਦੇਖੋ ਕੀ ਹੋਇਆ। ਓ ਮੇਰਾ ਯਾਰ ਮਾਰਦਾ ਵੇ ਲੋਕੋ ਅਸੀਂ ਪੱਟੇ ਗਏ। ਓਏ ਮੇਰਾ ਗਰੀਬ ਯਾਰ ਕੀ ਹੋ ਗਿਆ ਵਾ ਲੱਗਦਾ ਦਿਲ ਪਾਟ ਗਿਆ ਵਿਚਾਰੇ ਦਾ। ਓਏ ਉਹਨੂੰ ਦਿਸਿਆ ਨਹੀਂ ਕੋਈ ਨਹੀਂ ਗੱਲ ਸੁਣੋ ਆਧਾਰ ਕਾਰਡ ਹੈਗਾ ਕਿਉਂ ਕੰਮ ਆਊ ਵੀਰੇ ਜਮਾਨਤ ਵਾਲਾ ਕੀ ਚੱਕਰ ਹੈ। ਚੱਕਰ ਤਾਂ ਉਦੋਂ ਪਤਾ ਲੱਗੂ ਜਦੋਂ ਜੱਜ ਸਾਹਿਬ ਨੇ ਤੁਹਾਡੇ ਕਚਹਿਰੀਆਂ ਦੇ ਚੱਕਰ ਤੇ ਚੱਕਰ ਦੇ ਚੱਕਰ ਤੇ ਚੱਕਰ ਦੇ ਚੱਕਰ ਤੇ ਚੱਕਰ ਕਢਾ ਕੇ ਤੁਹਾਡਾ ਚੱਕਰ ਚੁੰਡਾ ਬਣਾਤਾ। ਕੀ ਪਕਾਈ ਮਰੀ ਜਾਣਾ ਯਾਰ ਹੁਣ ਦੇਖੀ ਇਹਦੀ ਲਾਸ਼ ਚੌਂਕ 'ਚ ਰੱਖ ਕੇ ਚੱਕਾ ਜਾਮ ਕਰੂ ਚੱਕਾ। ਵੀਰ ਜੀ ਰੁਕੋ ਪਹਿਲਾਂ ਤੁਹਾਡੀ ਵੀਡੀਓ ਤਾਂ ਬਣਾ ਲਾਂ ਵਿੱਚ ਪਾ ਲਾ ਉਹਦੇ ਫਿਰ ਉਹੀ ਗੱਲਾਂ ਯਾਰ। ਵੀਰ ਜੀ ਆਪ ਆਪ ਪੈਸੇ ਲੈ ਲਓ। ਵੀਰ ਜੀ ਨੂੰ ਰਖੜੀ ਬਣਦੀ ਰਹੀਆਂ ਉਹਨੂੰ ਵਿੱਚ ਪਾ ਦੋ। ਹਾਏ ਵਾ ਰੱਬਾ ਓਏ ਗਰੀਬਾਂ ਨੂੰ ਪੈਸਿਆਂ ਨਾਲ ਖਰੀਦਣ ਲੱਗੇ ਨੇ ਛੇੜੀ ਹੈ। ਅਸੀਂ ਗਰੀਬ ਜ਼ਰੂਰ ਆ ਪਰ ਬਕਾਊ ਨਹੀਂ ਹੈਗਾ। ਅਸੀਂ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਆ ਪਰ ਜ਼ਮੀਰ ਨਹੀਂ। ਪਰ ਇੰਨੇ ਕੁ ਨਾਲ ਤਾਂ ਹੱਡ ਗੋਡੇ ਵੀ ਨਹੀਂ ਠੀਕ ਹੋਣੇ ਭੈਣ ਜੀ। ਹਾਂ ਯਾਰ ਬਹੁਤ ਆ ਹੁਣ ਮੇਰਾ ਬੁਲਟ ਬੁਲਟ ਤੇ ਡੰਡੇ ਬੰਡ ਕਰਾਉਣੀ ਬਹੁਤ ਔਖੀ ਆ। ਇੰਨਾ ਚਿਰ ਕਿਉਂ ਲਾਤਾ ਜਦੋਂ ਮੈਂ ਪਿੰਡ ਦਾ ਸਰਪੰਚ ਹੁੰਦਾ ਸੀ ਇੰਨੇ ਚਿਰ ਚ ਮੈਂ 150 ਮਸਲੇ ਹੱਲ ਕਰ ਦਿੰਦਾ ਸੀ। ਅੱਧੇ ਘੰਟੇ ਦਾ ਬਾਪੂ ਉਹਦਾ ਪੱਗ ਵਾਲਾ ਮਸਲਾ ਤਾਂ ਸੂਤ ਨਹੀਂ ਹੋਇਆ। ਹੈਲੋ ਉਸਤਾਦ ਪੰਜ ਗਰਾ ਵੀ ਇਕੱਠੇ ਕਰ ਦਿਆ ਅੱਜ। ਹਾਂ ਨਾਲੇ ਕੁਆਂਟਿਟੀ ਦਾ ਕੁਆਲਿਟੀ ਵਿੱਚ ਫਰਕ ਨਹੀਂ ਆਉਣਾ ਚਾਹੀਦਾ ਮੇਰੇ ਵੀਰ। ਨਗਦ ਦੇਵਾਂਗੇ ਪੈਸੇ ਦੀ ਪਰਵਾਹ ਕੋਈ ਨਹੀਂ ਪਤੀਆ ਤੈਨੂੰ। ਉਸਤਾਦ ਅੱਜ ਜੇ ਇਹ ਆਪਣੇ ਆਹ ਡਿੱਕੇ ਨਾ ਨਾ ਚੜ੍ਹਦੇ ਅੱਜ ਬੁਲਟ ਵਿਕ ਜਾਂਦਾ ਆਪਣਾ। ਸਨੀ ਵਿਕ ਜੂ ਬੁਲਟ ਨਹੀਂ ਵਿਕਦਾ। ਦਾਦੂ ਤੁਸੀਂ ਤਾਂ ਕਿਹਾ ਸੀ ਪੰਜਾਬ 'ਚ ਪੰਜਾਬੀ ਪਹਿਲੇ ਨੰਬਰ 'ਤੇ ਲਿਖੀ ਹੁੰਦੀ ਆ ਇੱਥੇ ਤਾਂ ਤੀਜੇ 'ਤੇ ਲਿਖੀ ਹੋਈ ਆ। ਓ ਕੋਈ ਨਹੀਂ ਪੁੱਤ ਗਲਤੀ ਹੋ ਜਾਂਦੀ ਆ ਕਦੇ ਕਦੇ ਹੋ ਜਾਓ ਠੀਕ ਹੈ ਠੀਕ ਹੈ। ਇਹ ਪੰਜਾਬੀ ਕੁਝ ਜ਼ਿਆਦਾ ਨਹੀਂ ਮੌੜ ਹੋ ਗਏ ਕਿਉਂ ਉੱਥੇ ਆਪਣੇ ਕੋਲੋਂ ਗੱਡੀ ਦੀਆਂ ਕਿਸ਼ਤਾਂ ਨਹੀਂ ਦੇਈ ਹੁੰਦੀਆਂ ਇੱਥੇ ਗੱਡੀ ਨਾਲ ਕੱਟਾ ਬਣੀ ਫਿਰਦੇ ਆ। ਨਾ ਨਾ ਗੱਡੀ ਨਾ ਕੱਟਾ ਨਹੀਂ ਕੱਟੇ ਨਾ ਗੱਡੀ ਬੰਨੀ ਹੋਈ ਆ। ਪੁੱਛੋ ਕਿੰਨਾ ਟਾਈਮ ਲੱਗੂਗਾ ਕਾਹਤੋਂ ਟਾਈਮ ਚੱਕਿਆ ਕੋਈ ਆ ਵੀ ਰਿਹਾ ਕਿ ਨਹੀਂ। ਓਏ ਪੁੱਤ ਵੈਲਕਮ ਦੀਆਂ ਤਿਆਰੀਆਂ ਸ਼ਿਆਰਿਆਂ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਦੇਖ ਜਦੋਂ ਆ ਕੇ ਮੈਨੂੰ ਸਾਰਿਆਂ ਨੇ ਮੋਢਿਆਂ 'ਤੇ ਚੱਕ ਲਿਆ ਨਾ ਫਿਰ ਕਿਵੇਂ ਢੋਲ ਵੱਜਦਾ ਅਤੇ ਭੰਗੜੇ ਪੈਂਦੇ ਆ। ਬਿਲਕੁਲ ਮੈਥੋਂ ਨਹੀਂ ਭੰਗੜੇ ਪੈਂਦੇ ਸਟ੍ਰੈਸ 'ਚ ਢੋਲ ਦੀ ਬੀਟ ਮਾੜੀ ਜੀ ਵੈਸਟਰਨ ਰੱਖ ਲਿਓ ਮਾੜਾ ਜਿਹਾ ਕੋਸਟਿਊਮ ਇਸ਼ੂ ਆ ਰਿਹਾ ਇੱਧਰ। ਸਹੁਰੇ ਸਾਹਮਣੇ ਨੂੰ ਨੱਚਦੀ ਚੰਗੀ ਲੱਗੂ ਇਹਨੂੰ ਕਿਸੇ ਢੱਕ ਕੇ ਰੱਖੇ ਮੈਂ ਕਹਿਣਾ ਹੁਣੇ ਚੁੰਨੀ ਲੈ ਲੈਂਦੇ ਇਹਨਾਂ ਨੇ ਕਿਹਾ ਕੀ ਪਿੰਡ ਹੈ ਨਾ ਲੈਂਦੀ ਹੈ ਚੜ੍ਹਾਈ ਦੇਖੀ ਪਰ ਕਿਹਾ ਹੀ ਤੈਨੂੰ ਉਹ ਫਿਰੀ ਜਾਣੇ ਉੱਥੇ ਮਾੜਾ ਜਿਹਾ ਤਿਆਰ ਸਟੈਪ ਕਰਨਾ ਬਰੋਬਰ ਆਵੇ ਤੇਰਾ ਆ ਜਾ
फड़ो हुण तां चुन्नी बनदी आ ना सिर ते लै लो ससिकल दोस्तो सॉरी सवेर दा मैं लाइव नहीं हो पाया क्योंकि एक्चुअली आई हैव टू कवर दिस स्पेशल इवेंट फॉर यू ऑल ओए पुत्त पुत्त की हुंदा माय सेल्फ फ्यूचर सिंह फ्यूचर कुछ तुंदला तुंदला नहीं लग रहा ड्यूड अपने खोपे ला के ना मम्मा हुनां नूं दवो ताकि उन्हां नूं फ्यूचर क्लियर क्लियर दिखे आप बड़ी पूछो जल्दी की पूछना Actually, I have to cover Antim Ardas. ये मर कौन गया? पता नहीं तो अनु, विरसे का प्रेम मर गया. Dude, इंस्टा ते हो तुसी? ना. डाउनलोड करो, ते मेनू फॉलो करो. क्योंकि आन वाला टाइम, बाय द. भाई गिंडे, चुप. शुक्र लाइव नहीं सी. वैसे दादू, ये नचदे क्यों सी? पुत्त इनू बबान कहंदे आ अच्छा जदों कोई घर दा बजुर्ग मर जांदा ना तां उहदे घर वाले आई भंगड़ा पाउंदे ने फिर इहदा मतलब जदों तुसीं मरोगे असीं वी भंगड़ा पाउंगे लवी चुप हुण चलोगे कि मोढ़ां ते जाणा शूटिंग तो हुण वैसे भी नहीं होनी जी क्यों नहीं होगी मालका की जी तो तुम कौन हो मैं थोड़ा दास थोड़े चरणा दी धूड़ थोड़ा गुलाब सो पहला बिहार तो भुखा मरदा मेरा बाप आया सी जी थोड़े कोले कई साल तो दास थोड़ी सेवा दे विच हाजिर है जी तू कहना की चाहना है बस माफी दे दो जी ओ माफी दे लगदा पहला ऐ दस हवेली दा जुलूस क्यों कढाया तू जुलूस तां जनाब पहला निकलिया होया सीगा जी कबूतरां ने बिठा कर करके इन्ना ढेर ला रख्या सी जी मैं तां करा ला के साफ कराईयां ने जी इह तां जिउंदे रहण जी फिल्मां वाले जिन्हां ने कली कुची करके थोड़ी हवेली चमकाती गल सुनो तू मैनूं लैण क्यों नहीं आया पिछले 15 सालां तो तुसीं लंडू जे पैग ला के मैनूं रोज फोन करदे सी वी मैं कल नूं आ रहा आउंदे है नहीं सी बस यकीन ही नहीं रहा जी थोड़े ते ऐतकी मैं जदों तैनूं फोन कीता तड़का सी उत्थे मेरी पीती हुई नहीं सी इत्थे तां शाम सी जी फिर मैं पी ली होनी माफी दे जी हुण तू इन्हां नूं इत्थों कढ दे कि नहीं जां मैं खुंडा फेरां ना जी ऐ ना करो जी देखो इह वी विरसे दे फिल्म बना रहे ने जी तुसीं नहीं चाहुंदे वी अपना विरसा बचिया रहे जी देखो जी आ जिहड़ी तुसीं पग बन्नणी सिखाई सी उहदा ही वास्ता नहीं तां बाली बेइज्जती हो जूगी जी मेरी फिर दिन निकल तो पहला इन्हां नूं इत्थों तोड़ दे सवेरे सिख बोल दे नाल ही कर दूंगा जी जमा वेली मिलूगी जी थोनूं कोठी ठीक है जी मान गए जी तुसी कर लिए जी शूटिंग जो बोले सो निहाल गणपति बप्पा मंगल मूर्ति और दोगले जे बंदे साथ माफ नहीं हुंदे बहुते मिठे दिल भी बस साफ नहीं हुंदे ਪੈਸਾ ਵੇਖਣਾ ਜਮੀਰਾਂ ਕਿਤੇ ਗੰਡ ਜੀ ਉਹ ਪੁੱਤਾਂ ਵਾਂਗੂ ਪਾਲੀ ਜੱਟ ਨੇ ਉਹ ਪੁੱਤਾਂ ਵਾਂਗੂ ਪਾਲੀ ਜੱਟ ਨੇ ਕਦੇ ਮੁੱਛ ਨਾ ਕੰਬਲੀਏ ਨਿੰਦ ਦੀ ਉਹ ਪੁੱਤਾਂ ਵਾਂਗੂ ਪਾਲੀ ਜੱਟ ਨੇ ਕਦੇ ਮੁੱਛ ਨਾ ਕੰਬਲੀਏ ਨਿੰਦ ਦੀ ਉਹ ਪੁੱਤਾਂ ਵਾਂਗੂ ਪਾਲੀ ਜੱਟ ਨੇ
चिट्टी तेरी वैन वे हिसाब सोने तकनी क्यों तेरी खराब सोने तो अदिया सिरे तक डक दे हो बोली तेरी शहद वर्गी मुछर रख के वैली जा लगद बोली तेरी शहद वर्गी मुछर रख के वैली जा लगद बोली तेरी शहद वर्गी सिर जोड़ के परमात्मा सुरगां वास दे गल तो पक्की है ताया फिर सुरगां जाओ सुरगां तेन क्यों पता हो ताया संतोख रात मेरे सुपने च आया तो आप कहता से नरक च बड़ी पीड़ आ मैं तो आप कहते बैठा विरसा चौके में आ बस आखिरी सहा दी है जी ओ है किथे इत्थी किते डंगर वाले वाड़े चलाया पिया होना खूंजे किवें विरसा सियां तकड़ा है ओ ताया तकड़े नु इने कोल लगना ओए इनु डंगर वाले सिटे धुप च उधर कोठी च नहीं पाया पीजे बर्गर नहीं सरों का साग मक्की की रोटी दुध दही मक्खन क्यों खाओ देखो कि मैं नौवर ना होंदा नाले पीजा बर्गर खवाउण नू इह बलैतों आया परचियां कटदे फिरदे पर एक गल ताया तुहाडे अर्गे एनआरआई भरावां दा साथ होना चाहीदा फिर शायद विरसा बच जाए विरसा परचियां कटण नाल नहीं बचदा सांभ संभाल नाल बचदा बचालो ई देखी सरदार जी ई का कहिल जाला बेना बेना इधर आ हाँ एक रो कहिल जाला मोहनी मोहनी बिल्कुल ठीक बोला तू तो बहुत चलाक बार है हाँ ई का नाम तो मालूम होना का बा एक रो कहिल जाला पालू भालू भालू नहीं रे पालू भालू रे भालू नहीं पालू कह
बिल्कुल सही बोले हैं। और ये सब जो है ना, ये है तुहार बिरसा, और हमारे सरदार जी है ना, वो संभाल के रखे है तुहार बिरसा। चल ठीक है, मुझे तो लगता है खंडेवाले सरदार जी ने बिरसा आ की है। ये जो है ना, एक नाम बा चंदू। बेबी आलू वाले परांठे बना के दई। ये कौन भाषा में बात कर रहा है? भोजपुरी में काहे नहीं बोलता, अपना भाषा में। ओ पुत, भोजपुरी क्यों हुन, जदों इन्होंने रहना ही इत्थे है, बोलन दो पंजाबी। आही तो मैं क्या क्या के थक गई कि लवी नु अंग्रेजी सीखन दो, रहना तो उन्हें कनेडा चिया है ना। झोटे मूहरे सरंगी भी आउंदा फायदा कोई? ओए पुत, मुहावरा गलत करी जाना है, मैं सगे बीन हुंदी है। चल तू तैयार हो, आपां शहर घूम के आउणे। लवी तैयार हो जा, चलिए। मैं नहीं जांदा थोड़े नाल शहर शुर घूमना, मैं जाऊं मेरे दादू नाल घूमण पिंड। क्यों दादू? ए शाबाश, मैं निकल गया तेरे थों दस्ती गल। चलो जदों मैं तेरे किस्ता हुंदा सी ना, आपदे दादे दे मोढ़ियां ते बैठ के पहला जगीरो दी पट्ठी ते जाके दाने बनाने, फिर चपड़े, फिर उत्थों चले जाना सत्त च। सत्त च बाबे ने बहुत तंग करना भी, उत्थे बड़े बड़े बैठे हुंदे सी खास, है उत्थों फिर राम सिंह बाबे की दुकान ते जाके उत्थों मरूंडा लैके खाना, मरूंडा मरूंडा चप के, फिर तेरे अर्गे जवाक ना करके कट जा उन्हां नूं नाल लैके, फिर मैं चलिया जाना भाई टूबे ते। टूबे ते जाके मैसां दियां पूछां फट के कदे सिंह मरूड़ी जाने, फुर फुर स्कूटर ही बना लेना मैं तां, फिर टूबे छाला मार मार सारी दिहाड़ी नहाई जाना। दादू टूबा की हुंदा? आ जा दिखा देना। दादू इत्थे ना आंदे सी तुसी, इत्थे नेड़े ना आयो मेरे गंदे। पंजाब दा पानी तां बहुत साफ सुथरा हुंदा सी, की हो गया इनू? ड्यूज मिनरल वाटर पियोगे? भज्जे तू, नेड़ा रगड़ जाना है, जरा पानी दी प्यास लगी है, थक गए होए। ले ऐ कते कर दियां, तुरदी तुरदी थक गई ता कर दियां। यार हुण तू थक गई ते मेरा की कसूर है? थोड़ा कोई कसूर नहीं, कसूर थोनू जम्मण आले दा है, जिने अखटारा खरीदिया। हटो तारा गडूरना केनू भी तो बता दिए रे, इस गुस्सा कर दिया है। चल पुत, चल मेरे बापू दी मशुके। ओ काका, इत्थे एक पट्ठी हुंदी सी दाणे भुन्नण वाली। पट्ठी पुट्ठी दा है नी, पठा ए लाउणा है पट्ठी पालदा। जूट पॉपकॉर्न खाएंगा? ओए फिर नेणा बड़ जाना अजे तू, अब फिर डफली। ला फड़ा लिंग चक पॉपकॉर्न। कनेडा तो मैं पॉपकॉर्न खाना ही है। मैं तेनों इतने गंदलों का साग कितों खवा दिया छोटे। ओ हेलो छोटे, की होंगे? सॉरी अंकल, मुरुंडा दे। चॉकलेट की है खानी है? कुछ मीठा हो जाए, खा ला माड़ा जा, खा ला ना करे कर, खा ला। भुख लगी सी, स्वाद है ना? ठीक ही है, मैनू भी भुख लगी माड़ी जी। की भुख लगी सी, खवा दें दे। पूरा खा लो। स्वादा बड़ा प्यार कर दिया। आ ले अजा पुत, साथ च तेनू ताशा खड़कनिया दिखावा। बुढ़े बुढ़े बंदे एक दूजे नू भाभी दौर बना बना के, ओ जेठ दौर बन बन के एक दूजे दी खिचतू करदे आ। बहुत नजारा आउ, तू आ जा पुत। हुण टाइम किन्ना क लगू? टाइम कड़ा लगना है, आ गया बस। ओ दादू चलिए के होर कराउणे कुत्ते खाणी। ये साथ दिया रौन का किथे गईया? कॉफी हाउस। Ha ha ha.
2011 ਚ ਵਿਆਹ ਤੋਂ ਬਾਅਦ ਪਹਿਲੀ ਵਾਰੀ ਤੈਨੂੰ ਇੰਨਾ ਖੁਸ਼ ਦੇਖਿਆ। ਬਹੁਤ ਚੰਗੀ ਲੱਗ ਰਹੀ ਆ। ਵਿਆਹ ਵਾਲੇ ਦਿਨ ਤਾਂ ਮੈਂ ਖੁਸ਼ ਸੀਗੀ ਨਾ, ਤੁਸੀਂ ਤਾਂ ਉਦੋਂ ਵੀ ਲੱਗਦੇ ਸੀ ਜਿਵੇਂ ਆਪਣੇ ਵਿਆਹ ਤੇ ਨਹੀਂ ਕਿਸੇ ਦੇ ਮਕਾਨ ਤੇ ਆਏ ਹੋਵੋ। ਅੱਛਾ ਗੱਲ ਦੱਸੋ, ਹਾਂਜੀ, ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੋਈ ਸੀ? ਸੱਚ ਦੱਸਾਂ, ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤਾਂ ਬੇਬੇ ਨੇ ਰੋਂਦੇ ਨੂੰ ਚੁੱਪ ਕਰਾਉਣ ਵਾਸਤੇ ਆਟੇ ਦੀ ਚਿੜੀ ਫੜਾ ਦੇਣੀ, ਅਤੇ ਉਹ ਆਟੇ ਦੀ ਚਿੜੀ ਹੱਥ 'ਚ ਫੜ ਕੇ ਐਂ ਲੱਗਦਾ ਸੀ ਜਿਵੇਂ ਬੇਬੇ ਨੇ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਮੇਰੀ ਮੁੱਠੀ 'ਚ ਫੜਾ ਦੀਆਂ ਹੋਣ। ਅੱਜ ਆਪਣੇ ਕੋਲ ਕੋਠੀਆਂ, ਕਾਰਾਂ, ਸਭ ਕੁਛ। ਰੱਬ ਨੇ ਬਹੁਤ ਖੁਸ਼ੀਆਂ ਦਿੱਤੀਆਂ ਪਰ ਆਟੇ ਦੀ ਚਿੜੀ ਵਰਗੀ ਖੁਸ਼ੀ ਨਹੀਂ ਮਿਲੀ। ਗੱਲ ਤਾਂ ਹੈ, ਕਈ ਵਾਰ ਆਪਾਂ ਵੱਡੀਆਂ ਖੁਸ਼ੀਆਂ ਲੱਭਦੇ ਲੱਭਦੇ ਛੋਟੀਆਂ ਖੁਸ਼ੀਆਂ ਗਵਾ ਲੈਂਦੇ ਹਾਂ। ਅੱਜ ਕਿੰਨੇ ਟਾਈਮ ਬਾਅਦ ਆਪਾਂ ਇੱਕ ਦੂਜੇ ਨੂੰ ਮਹਿਸੂਸ ਕੀਤਾ। ਅੱਛਾ ਮੈਨੂੰ ਇੱਕ ਪ੍ਰੋਮਿਸ ਕਰੋ, ਅੱਜ ਤੋਂ ਬਾਅਦ ਅਸੀਂ ਵੱਡੀਆਂ ਖੁਸ਼ੀਆਂ ਪਿੱਛੇ ਨਹੀਂ ਛੋਟੀਆਂ ਖੁਸ਼ੀਆਂ ਪਿੱਛੇ ਭੱਜ ਜਾਵਾਂਗੇ। ਠੀਕ ਹੈ ਜੀ, ਜੋ ਹੋ ਗਿਆ। अरे दीदी जी, हम तो लिट्टी चोखा का बहुत याद आता है। यहाँ साग खा खा कर तो ना पूरा देह ही हरिहर हो गया है। ऊपर से ही ताड़ी बहुत पानी वाला मंजी हो वे ओ मंजे उते बैठी पया ओ बनिया नवाब होवे अपनी पंजाब होवे करदा शराब होवे। नवाब साहब, ए ਪੰਜਾਬ ਥੋੜਾ ਕਦੋਂ ਤੋਂ ਹੋ ਗਿਆ? ਜਦੋਂ ਦੇ ਤੁਸੀਂ ਛੱਡ ਕੇ ਚਲੇ ਗਏ ਜੀ ਇਹਨੂੰ। ਹਾਂ ਗੁਲਾਬ, ਹਾਂਜੀ ਅਸੀਂ ਤਾਂ ਪੰਜਾਬ ਛੱਡ ਗਏ ਪਰ ਸਾਡੇ ਪੰਜਾਬ ਨੇ ਸਾਨੂੰ ਨਹੀਂ ਛੱਡਿਆ। ਸਾਨੂੰ ਵੀ ਬਿਹਾਰ ਨਹੀਂ ਛੱਡਦਾ ਜੀ ਸਾਡਾ। ਓਏ ਤੂੰ ਆਇਆ ਕਰ, ਹੁਣ ਗੰਢਾ ਕੋਈ ਸਲੂਣਾ ਸਲਾਣਾ ਤਾਂ ਮੰਗਾ। ਰੇਸ਼ਮਾ, अरे इतना प्यार से काहे बोलत हो? जा गंडे ले गया। काहे? तुहार हाथ टूट गया है का? अरे हाथ तो ना है टूटल, तुहार हाथ के खाए से स्वदवत दुगना हो जात है। मम्मा, गुलाब अंकल हुरे अपना देश छड़ के अपने पंजाब च क्यों आए ने? ਪੁੱਤ ਜਿੱਥੋਂ ਦੇ ਆ ਉੱਥੇ ਗਰੀਬੀ ਬਹੁਤ ਆ, ਇਹ ਵਿਚਾਰੇ ਰੋਜ਼ੀ ਰੋਟੀ ਲਈ ਪੰਜਾਬ ਆਏ। ਮਤਲਬ ਆਪਣਾ ਪੰਜਾਬ ਅਮੀਰ ਹੈ? ਹਾਂ ਬਹੁਤ ਅਮੀਰ ਹੈ। ਦਾਦੂ ਆਪਾਂ ਅਮੀਰ ਆ? ਹਾਂ ਪੁੱਤ, ਆ ਦੇਖਦਾ ਐਡੀ ਵੱਡੀ ਹਵੇਲੀ, ਜ਼ਮੀਨ ਜਾਇਦਾਦ, ਨੌਕਰ ਚਾਕਰ, ਇਹ ਸਭ ਕੁਛ ਅਮੀਰਾਂ ਕੋਲ ਹੁੰਦਾ। ਫਿਰ ਆਪਾਂ ਕੈਨੇਡਾ ਕੀ ਡੋਕੇ ਲੈਣ ਗਏ ਸੀ? ਦੱਸ ਦੋ। ਥੈਂਕ ਯੂ, ਵੈਲਕਮ। ਆਪਣੇ ਸਾਰਾ ਡੱਬਰ ਲੈ ਕੇ ਜਾਊਂਗਾ ਉੱਥੇ। ਉਹ ਮੈਂ ਤੈਨੂੰ ਕਹਿ ਰਿਹਾ, ਤੂੰ ਜਾਈ ਤਾਂ ਸਹੀ, ਤੇਰੀ ਉੱਥੇ ਇੰਨੀ ਜ਼ਿਆਦਾ ਸੇਵਾ ਹੋਣੀ ਆ ਨਾ, ਤੇਰੇ ਅੱਗੇ ਪਿੱਛੇ ਭੰਬੀਰੀ ਵਾਂਗੂ ਘੁੰਮਣਗੇ, ਸਾਰੀ ਉਮਰ ਯਾਦ ਰੱਖੇਗਾ ਵਿਆਹ ਨੂੰ। ਹਾਂ ਚਿੰਤਾ ਨਾ ਕਰ, ਚਿੰਤਾ ਨਾ ਕਰ। ਉਹ ਜਾਵੇਂਗਾ ਨਾ? ਪੱਕਾ ਪੱਕਾ। ਚੰਗਾ ਫਿਰ, ਸਤਿ ਸ੍ਰੀ ਅਕਾਲ। ਲਓ ਬਈ ਖਿੱਚ ਲਓ ਤਿਆਰੀਆਂ, ਕੱਲ ਨੂੰ ਸਾਰੇ ਪਰਿਵਾਰ ਨੇ ਆਪਾਂ ਨੇ ਵਿਆਹ ਤੇ ਜਾਣਾ। ਸਤ ਵਚਨ ਜੀ, ਪੰਜਾਬ ਦਾ ਪੂਰਾ ਕਲਚਰ ਦਿਖਾਵਾਂਗੇ ਆਪਾਂ, ਵੀ ਕਿਵੇਂ ਭੰਗੜੇ ਪੈਂਦੇ ਨੇ, ਕਿੱਦੇ ਪੈਂਦੇ ਨੇ। ਲਵੀ ਕਰ ਲੈ ਕੁੜਤਾ ਚਾਦਰਾ ਤਿਆਰ ਕੱਲ ਵਾਸਤੇ। ਵਾਹਿਗੁਰੂ ਸੱਚੇ ਪਾਤਸ਼ਾਹ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤਾਂ ਭਲਾ ਕਰੇ ਨਾ ਧਿਆਨ ਕਰੇ। ਵਾਹਿਗੁਰੂ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੂੰ ਹੀ, ਤੂੰ ਤੇਰਾ ਹੀ ਆਸਰਾ। ਬਾਬਾ ਜੀ ਮਾਫ਼ ਕਰੇ ਬੋਲੋ। ਆ ਕੀ ਕੀਤਾ? ਬੋਣੀ ਬੋਣੀ? ਉਹ ਸ਼ਦਾਈਆ ਤੂੰ ਆਪ ਹੀ ਤਾਂ ਕਹਿੰਦਾ ਸੀ ਜਦੋਂ ਸ਼ੁਭ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਤੋਂ ਕਰਨੀ ਚਾਹੀਦੀ ਹੈ।
ਤੇ ਵਾਹਿਗੁਰੂ ਜੀ ਦਾ ਵੀ ਫਰਜ਼ ਬਣ ਜਾਂਦਾ ਹੈ ਉਹ ਵੀ ਸੱਭਿਆਚਾਰ ਮੇਲੇ 'ਚ ਥੋੜਾ ਜਿਹਾ ਯੋਗਦਾਨ ਪਾਵੇ ਉਹ ਮੈਂ ਆਏ ਨਹੀਂ ਸੀ ਕਿਹਾ ਇਹ ਯੋਗਦਾਨ ਪਾਉਣਾ ਸੀ ਚੱਜ ਨਾਲ ਪਾਉਂਦਾ ਬਾਬੇ ਨੇ ਕਿਹੜਾ ਮਨਾ ਕਰਨਾ ਸੀ ਤੂੰ ਫਿਰ ਮੈਨੂੰ ਪਹਿਲਾਂ ਦੱਸ ਜਿੱਥੇ ਮੈਂ 50 ਦੀ ਬੜਕਾਈ ਆ ਉੱਥੇ ਮੈਂ 100 ਦੀ ਕੱਟ ਦਿੰਦਾ ਉਹ ਐ ਨਹੀਂ ਕੱਟੀ ਦੀ ਮੂਰਖਾ ਪਰਚੀ ਮੈਂ ਦੱਸਦਾ ਕਿਵੇਂ ਕੱਟੀ ਦੀ ਆ ਚੱਲ ਮੇਰੇ ਨਾਲ ਮੰਦਰ ਉਹ ਨਹੀਂ ਐਨਆਰਆਈਆਂ ਦੇ ਯੈਸ ਉਹ ਤੂੰ ਬਹੁਤ ਮੱਛਰ ਦਾ ਉਧਰ ਜਾਣ ਨੂੰ ਲੱਭੂ ਓਏ ਹਾਂ ਨਾਲੇ ਤਾਂ ਕੈਨੇਡੀਅਨ ਕਰੰਸੀ ਲੈ ਕੇ ਆਵਾਂਗੇ ਨਾਲੇ ਦਰਸ਼ਨ ਕਰਾਂਗੇ ਓਏ ਛੇਤੀ ਚੱਲ ਕਿਹਾ ਸੀ ਨਾ ਕਿ ਜਦੋਂ ਵੀ ਕੋਈ ਮੈਰਿਜ ਹੋਗੀ ਤੁਹਾਡੇ ਪਸੰਦ ਦੇ ਕੱਪੜੇ ਜ਼ਰੂਰ ਪਾਊਂ ਹੁਣ ਤਾਂ ਖੁਸ਼ ਹੋ ਨਾ ਇੱਕ ਕਮੀ ਆ ਕਿ ਮੈਂ ਕਿਤੇ ਮੇਰੀ ਹੋਈ ਨਜ਼ਰ ਨਾ ਲੱਗ ਜੇ ਇੱਕ ਗੱਲ ਕਹਾਂ ਜਾਨ ਜੀ ਕਹੋ ਜੀ ਮੈਂ ਬਾਪੂ ਜੀ ਦੇ ਖਟਾਰੇ 'ਚ ਨਹੀਂ ਬਹਿਣਾ ਮਿੱਠੀਏ ਉਹ ਹੁਣ ਖਟਾਰਾ ਨਹੀਂ ਰਹੀ ਗੁਲਾਬ ਨੇ ਸਰਫ ਨਾ ਧੋਤੀ ਪਰ ਜੇ ਮੇਰੇ ਲੱਡੂ ਖਟਾਰਾ ਖਰਾਬ ਹੋਈ ਨਾ ਮੈਂ ਤੱਕਾ ਨਹੀਂ ਲਾਉਣਾ ਕਾਂਬਲੀਏ ਬਾਪੂ ਜੀ ਤੇ ਗੁਲਾਬ ਕਾਹਦੇ ਵਾਸਤੇ ਨੇ ਨਾਲੇ ਫੇਰ ਵੀ ਜੇ ਲੋੜ ਪਈ ਨੇੜੀ ਚੱਕ ਲਾਂਗੇ ਨਾ ਜੇ ਤੁਹਾਡੇ ਟਸ਼ਨੇ ਵਸ਼ਨੇ ਪੂਰੇ ਹੋ ਗਏ ਹੋਣ ਆਪਾਂ ਚੱਲੀਏ ਕਿ ਉਰੀ ਸੱਦ ਲਿਆ ਮੈਂ ਬਰਾਤ ਲਵੀ ਪੁੱਤ ਤੂੰ ਜਾ ਤੇਰੇ ਡੈਡ ਦੀ ਲਿਪਸਟਿਕ ਲਾਉਣੀ ਰਹਿ ਗਈ ਚਾਚਾ ਕਮਰੀਆ ਓਹ ਕਮਰੀਆ ਕਰੇਲਾ ਪਾਲਾ ਲੋਲੀ ਪਾਪ ਲਾਗੇ ਕਮਰੀਆ ਓ ਹੈਲੋ ਕਮਰੀਆ ਆ ਸਵੇਰੇ ਸਵੇਰੇ ਗੱਡੀ ਧੋਈ ਜਾਣਾ ਨਹੀਂ ਗੱਡੀ ਨੂੰ ਪਾਣੀ ਦੇ ਰਿਹਾ ਕੀ ਪਤਾ ਵੱਡੀ ਹੋ ਜਾਓ ਕਿੱਥੇ ਚੱਲੇ ਮਰਗ ਦੇ ਭੋਗ ਤੇ ਚੱਲੇ ਤੂੰ ਜਾਣਾ ਅੱਛਾ ਅੱਛਾ ਭੰਗੜਾ ਪਾਉਣ ਚੱਲੇ ਮਰਗ ਤੇ ਕੀ ਮਤਲਬ ਆਓ ਦੇਖ ਸਾਰਾ ਡੱਬਰ ਦਾ ਪੱਬੀ ਮੈਂ ਬਣਿਆ ਫਿਰਦਾ ਇਹ ਤਾਂ ਸੱਚੀ ਬੀਨ ਬਾਜੀ ਵਾਲੇ ਬਣੇ ਫਿਰਦੇ ਨੇ ਪਰਚੀ ਜੀ ਕਟਾਉਣੀ ਸੀ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ ਭੱਜੋ ਇਥੋਂ ਤੁਸੀਂ ਤਾਂ ਕੱਪੜੇ ਪਾ ਲਓ ਜੀ ਕਿਉਂ ਆ ਕੱਪੜੇ ਨੀ ਕਲਚਰ ਹੈ ਆਪਣਾ ਕੱਪੜੇ ਤਾਂ ਹੈਗੇ ਜੀ ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ ਉਹ ਇੱਕ ਦਿਨ ਧੁੱਪ ਵਾਂਗੂ ਕਾਲ ਜੂ ਜਵਾਨੀ ਤੇਰੀ ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨੀ ਆਜਾ ਮਿੱਤਰਾਂ ਦੀ ਆਹੇ ਆਹੇ ਮਿੱਤਰਾਂ ਦੀ ਗੰਗ ਵਿੱਚ ਗੰਗ ਬੱਲੀਏ ਨੀ ਆਜਾ ਮਿੱਤਰਾਂ ਦੀ ਲੇਟ ਹੋ ਉਹ ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਛਕੀਨ ਜੱਟ ਦੇ ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ ਝਾੜਾ ਤੁਸੀਂ ਤਾਂ ਮਾਲਕ ਹੋ ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ ਬੈਠੋ ਬੈਠੋ ਹਾਂਜੀ ਬਹਿ ਜਾਓ ਮਾਰਲਾ ਤਾਂ ਥੱਲੇ ਟਿਆ ਪਿਆ ਗੁਲਾਬ ਪਾ ਗਿਆ ਬਈ ਤਰੋ ਸਤਿ ਸ੍ਰੀ ਅਕਾਲ ਜੀ ਲੱਭੇ ਓਏ ਹੈ ਗੱਲ ਕਹਾਂ ਕਹਿ ਓਏ ਇਸ ਲੰਗੂਰ ਕੋਲ ਅੰਗੂਰ ਜੱਚਦਾ ਬਹੁਤ ਓਏ ਤਲਵਾਰੀ ਜਵਾ
ਗੁਲਾਬ ਕਿਤੇ ਵਿਆਹ ਹੋ ਤਾਂ ਨਹੀਂ ਹਟਿਆ? ਕੋਈ ਢੀਂਦਾ ਵੀ ਨਹੀਂ। ਨਹੀਂ ਜੀ, ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਪਈਆਂ। ਖੜਾ ਕੀ ਕਰਦੇ ਆ, ਪਤਾ ਕਰ। ਇੱਕ ਮਿੰਟ ਜੀ, ਮੈਂ ਪਤਾ ਕਰਕੇ ਆਉਂਦਾ। हे चढ़ती जुवनिया ए हैने आवा। अरे कौन बोल रे? हम बोलता नहीं। इस सरदार हमरा पासा कैसे जान गई? अरे कौना जिला? छपरा जिला। अरोवा राजघाट। राजघाट? हाँ। अरे ओने तो हमरा ससुरार बा मुकेर। मुकेर? हाँ। के कराई? हाँ। ललका मूर्ति वाला महेंद्र के? हाँ। अरे वो है तो हमार ससुर बा। दादू एक गल्ला की करते है तू? पिंकिया का कुटुंब बारा? नहीं, सुमितवा के। अरे फिर तो हम नहीं साडू निकल गई नहीं। ओए क्यों जफिया पाई जाना, सानू भी दस दे। साडू निकल गए? ओ की निकल गई? मेरा साडू लादा जी रिश्तेदारी निकले ही। पढ़ के भैया इन चनिया कौन बा? ना चनिया नहीं खान। हाँ? हमार मालक बारन, कनाडा से आयल बारन। बड़का भैया। हाँ? हमरा मालक भी 10 साल से कनाडा रही। हाँ? रही मत बल तुम हुन ब्याह ते जावेगा क्या? इथे दे मैं तन्नू मिलनी वाला काम बड़ा। ओ सब तो ठीक बा। हां शादी कहुआ बा? बाहर मैरिज पैलेस बा में। ओ यार आप दी पकाई बाद च मार ली, पहला ब्याह दा तो दस दे किथे। अरे बाहर मैरिज पैलेस बा में। हां किथे? बाहर है जी मैरिज पैलेस दे विच ब्याह। ओए पीछे बुढ़ा गतका खेडी जांदा कौन है ओ? ओता जी करदा लानेदार हैगी, करदी राखी करदा हैगा। अन्ना है बेचारा, उसको दिखता नहीं है। फिर तो दूरी पहचान लेंदा होना चोर चक्के नु भी। ये तो बिना ही ब्याह हो जांदा। चलो 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 ਤੁਹਾਡੇ ਬਾਪੂ ਦੇ ਖਟਾਰਾ ਨੇ ਜਲੂਸ ਕਢਾ ਕੇ ਰੱਖਤਾ। ਇਹ ਤਾਂ ਤੱਤੀ ਬਹੁਤ ਚੱਲਦੀਆਂ, ਗਲਤਾਂ ਸੁਣ ਲਾ। ਓਏ ਐਂ ਕਾਤੇ ਕਰਦੀਆਂ, ਆ ਹੁੰਦੇ ਪੰਜਾਬ ਦੇ ਵਿਆਹ। ਹੋ ਆ ਕੋਣ ਨੇ ਰੰਗ ਬਰੰਗੇ ਜੀ? ਆਪਣੇ ਨਾਲ ਦੀ ਲੱਗਦੇ ਨੇ, ਆ ਪੁੱਛੀਏ। ਹੈਰ ਰੁਕੋ ਓਏ, ਕਿੱਧਰ ਕਿੱਧਰ ਚੱਲੇ ਆ? ਵਿਆਹ ਤੇ ਚੱਲੇ ਆ, ਦਿੰਦਾ ਨਹੀਂ ਮੁੰਡਾ ਭੰਗੜਾ ਪਾਈ ਜਾਂਦਾ। ਉਹ ਵਿਆਹ ਹਲੇ ਸ਼ੁਰੂ ਹੋਇਆ, ਫੇਰ ਲੈ ਜਿਓ ਵਧਾਈ। ਚਲੋ ਵਧਾਈ ਵਧਾਈ ਵਧਾਈ, ਪੰਜਾਬ ਸੱਭਿਆਚਾਰ ਗਰੁੱਪ ਵੱਲੋਂ ਆਪ ਸਭ ਨੂੰ ਵਧਾਈ। ਓਏ ਆਪ ਵੀ ਭੌਂਕੀ ਜਾਏਗਾ ਜਾਂ ਕੁੜੀਆਂ ਵੀ ਬੁਲਾਏਗਾ? ਬਸ ਵੀਰ ਜੀ ਚੰਦ ਮਿੰਟ ਦਿਓ, ਚੰਦਾ ਮਿੰਟਾਂ ਦੇ ਵਿੱਚ ਪੰਜਾਬ ਸੱਭਿਆਚਾਰ ਗਰੁੱਪ ਦਾ ਪੂਰਾ ਟੱਬਰ ਤੁਹਾਡੇ ਵਿਚਕਾਰ ਪਹੁੰਚਣ ਵਾਲਾ ਜੀ। ਨਾ ਸਾਰੇ ਟੱਬਰ ਨੇ ਇੱਕੋ ਹੀ ਪੇਸ਼ਾ ਫੜਿਆ ਹੋਏ, ਉਹ ਘੱਟੋ ਘਾਟਾ ਜਵਾਕ ਨੂੰ ਤਾਂ ਬਖਸ਼ ਦਿੰਦੇ। ਤੂੰ ਕਹਿਣਾ ਕੀ ਜਾਣਾ ਓਏ? ਢੋਲਕੀ ਕਿੱਥੇ ਹੈ? ਢੋਲਕੀ ਰਹਿਣ ਦਿਓ ਯਾਰ, ਢੋਲਕੀ ਤੋਂ ਬਿਨਾਂ ਹੀ ਆ ਜਾਓ, ਨਹੀਂ ਤਾਂ ਇਹਨਾਂ ਨੇ ਮੇਰਾ ਧਾਮਾ ਪਾੜ ਦੇਣਾ। ਟਿੱਕੀਆਂ ਲਿਆ ਮਾਪਾ ਟਿੱਕੀ? ਸਾਨੂੰ ਸਮਝਦਾ ਗਿਆ ਓਏ? ਮੈਂ ਤੁਹਾਨੂੰ ਜੀ ਕੁਛ ਨਹੀਂ ਸਮਝਦਾ। ਥੱਪੜ ਤਾਂ ਨਾ ਮਾਰੋ, ਚੰਦ ਮਿੰਟ ਦੇ ਦੋ। ਓਏ ਚੰਦ ਮਿੰਟ ਆਪਣੇ ਛੇਤੀ ਪੂਰੇ ਕਰ ਲੈ, ਨਹੀਂ ਤਾਂ ਮੈਂ ਤੈਨੂੰ ਪੂਰਾ ਕਰ ਦੂੰ। ਗੋਲੀ ਨਾ ਚਲਾਇਓ, ਗੋਲੀ ਨਾ ਚਲਾਇਓ ਬਾਜੀ, ਬਚ ਜਾਂਦੀ ਹੁੰਦੀ ਹੈ, ਬਸ ਆਉਂਦੀ ਹੋਣੀ ਜੀ। ਵੈਸੇ ਮੌਸਮ ਕਮਾਲ ਦਾ ਇਸ ਵਾਰੀ, ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ। ਪਰ ਥੋੜੀ ਗਰਮੀ ਹੈ ਨਾ? ਤੁਸੀਂ ਕਿਵੇਂ ਇੱਥੇ ਪੰਗਤ ਬਣਾ ਕੇ ਬਹਿ ਗਏ? ਅੰਦਰ ਟੇਬਲ ਲੱਗੇ ਹੋਏ, ਉੱਥੇ ਬੈਠ ਕੇ ਖਾਵਾਂਗੇ, ਇੱਥੇ ਚੰਗਾ ਲੱਗਦਾ? ਓ ਵੀਰ ਜੀ ਅੰਦਰ ਨਹੀਂ ਜਾਂਦੇ ਰਹੇ। ਕੌਣ ਰੋਕਦਾ? ਆ ਵੀਰ ਜੀ। ਓਏ ਦੇਰ ਬਿਤਵੀ, ਕਿਵੇਂ ਰੋਕਿਆ ਤੂੰ? ਜੀ ਸਰਦਾਰ ਜੀ ਆ ਜਾਓ। ਆਓ ਜੀ, ਪੰਜਾਬ 'ਚ ਮੇਰੇ ਅੰਦਰ ਕੌਣ ਰੋਕ ਜੂ ਤੁਹਾਨੂੰ? ਚਲੋ ਆਓ, ਆ ਜਾਓ ਆ ਜਾਓ। ਲਓ ਜੀ ਪੇਸ਼ ਹੈ ਹੁਸਨਾਂ ਦੀ ਮਲਕਾ, ਠੁਮਕਿਆਂ ਦੀ ਰਾਣੀ, ਜਿਸ ਦੇ ਠੁਮਕਿਆਂ ਨੇ ਸਾਰੇ ਪੰਜਾਬ ਨੂੰ ਪਾਗਲ ਕੀਤਾ ਹੋਇਆ ਹੈ। ਮੇਰੀ ਮੁਰਾਦ ਮਿਸ ਪ੍ਰੀਤੀ, ਪ੍ਰੀਤੀ, ਪ੍ਰੀਤੀ। ਓ ਕਿੱਥੇ ਮਰ ਗਈ ਤੇਰੀ ਪ੍ਰੀਤੀ? ਬਸ ਭਾਜੀ ਚੰਦ ਮਿੰਟ। ਸਾਲਿਆ ਫੇਰ ਚੰਦ ਮਿੰਟ? ਬਸ ਭਾਜੀ ਗੇਟ ਦੇ ਜੀ। ਓ ਪਰਾ ਮਰ, ਓਏ ਆ ਜਾ। ਚੇਂਜ ਕਰਤਾ ਵੇ? ਉਹ ਮੈਂ ਕਾਹਨੂੰ ਕੀਤਾ ਬਾਈ, ਇਹ ਤਾਂ ਆਪਣੇ ਆਪ ਹੀ ਹੋ ਗਿਆ। ਚਲੋ ਜੀ ਫਿਰ ਮੈਂ ਕੁਛ ਖਾਇਆ ਵਾਂ।
ਤੁਸੀਂ ਤਾਂ ਝੜਕਾ ਵੀ ਖਾਲੀ ਸੀ ਮੈਂ ਤਾਂ ਅੱਜ ਤੱਕ ਨਿਰਣੇ ਕਾਲ ਜਾਈ ਹਾਂ ਠੀਕ ਹੈ ਜੀ ਇੱਥੇ ਤਾਂ ਨਹੀਂ ਸਿਆਣ ਦਾ ਬਾਪੂ ਕੋਈ ਓਏ ਪੁੱਤ ਇੱਕ ਵਾਰੀ ਮਾੜਾ ਜਿਹਾ ਸਿਆਣ ਲੈਣ ਦੇ ਫਿਰ ਦੇਖੀ ਮਗਰ ਮੂਹਰੇ ਕਿਵੇਂ ਭੁਮੀਰੀ ਵਾਂਗੂ ਘੁੰਮਦੇ ਆ ਲੈ ਲੈ ਵੈਲਕਮ 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 ਨਾ ਜਨਾਬ ਇੰਨੀ ਲੇਟ ਹੋ ਗਏ ਕਿੱਧਰ ਚਲੇ ਗਏ ਸੀ ਪੁੱਤ ਪਹਿਲਾਂ ਉਧਰ ਨਾ ਮਾੜਾ ਜਿਹਾ ਘਰ ਚਲੇ ਗਏ ਸੀ ਨਾ ਘਰੇ ਡੋਕੇ ਲੈਣ ਗਏ ਸੀ ਉਹ ਵਿਆਹ ਤਾਂ ਇੱਥੇ ਹੈ ਨਾਲੇ ਕੁੜੀ ਇੱਕੋ ਹੀ ਹੈ ਜਦੋਂ ਮੁੰਡਾ ਇੱਕ ਕੁੜੀ ਵੀ ਇੱਕੋ ਹੀ ਹੋਊ ਹੈ ਬਾਈ ਪੈਸੇ ਯਾਰ ਪੰਜਾਂ ਦੇ ਲੈ ਲਏ ਇਹਨਾਂ ਨੇ ਹੋਰ ਸਰਪੰਚ ਰਿਹਾ ਨੀ ਦੇਰ ਪਿੰਡ ਦਾ ਮਾਨ ਸਨਮਾਨ ਕਰਨਗੇ ਆਜਾ ਲੇਟ ਹੋ ਗਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੇਡੀਓ ਦੀ ਥਾਂ ਤੇ ਡੀਜੇ ਮੇਰਾ ਨਾਮ ਵੀ ਲੈ ਦੀ ਉਹ ਆ ਕੇ ਲੈਕਚਰ ਦੇਣ ਲੱਗ ਗਿਆ ਹੁਣ ਤੂੰ ਦੱਸ ਸਰਪੰਚ ਚ ਖੜਾ ਹੋਣਾ ਇੱਥੇ ਬਾਣ ਦੇ ਮੰਜਿਆਂ ਦੀ ਥਾਂ ਤੇ ਸੋਹਣੇ ਸੋਹਣੇ ਸੋਫਾ ਸੈੱਟ ਓਏ ਮੇਰਾ ਨਾਂ ਵੀ ਲੈ ਦੇ ਚੁੱਪ ਕਰ ਓਏ ਤੇ ਪਿੰਡ ਦੀਆਂ ਧਰਮਸ਼ਾਲਾ ਦੀ ਥਾਂ ਤੇ ਆ ਮਹਿਲ ਵਰਗਾ ਮੈਰਿਜ ਪੈਲੇਸ ਸੱਚੀ ਸੱਚ ਪੁੱਛੋ ਤਾਂ ਆ ਸਾਰਾ ਕੁਝ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਗੱਲ ਸੁਣ ਓਏ ਕੁਝੀਆਂ ਨੇ ਵੈਨ ਪਾਉਣੇ ਬੰਦ ਕਰ ਚੱਲ ਡਾਂਸ ਸ਼ੁਰੂ ਕਰਨੀ ਚਲਾਵਾਂ ਗੋਲੀ ਕੀ ਮਤਲਬ ਉਹ ਮਤਲਬ ਨੱਚੋ ਕਿਉਂ ਓ ਯਾਰੀ ਨਾਲ ਜਨਾ ਤੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਓ ਯਾਰੀ ਨਾਲ ਜਨਾ ਤੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਗੁੱਸਾ ਰਿਹਾ ਸੁਭਾ ਕੁੜੇ ਓ ਤੂੰ ਵੀ ਨੱਚ ਆ ਕੀ ਮੈਨੂੰ ਲੱਗਦਾ ਮੇਰੇ ਵਾਲਾ ਬੰਦਾ ਸਹੀ ਨਿਕਲਿਆ ਇਹ ਤਾਂ ਸੱਚੋ ਹੀ ਨੱਚਣੀਆਂ ਹੈ ਉਹ ਬੁੜੇ ਨੇ ਕਿਤੇ ਸਰੀ ਚਾਰ ਕੈਸਟਰ ਇੱਥੇ ਨਹੀਂ ਖੋਲ ਰੱਖਿਆ ਕਿਤੇ ਸਾਈ ਉੱਥੋਂ ਹੀ ਫੜ ਕੇ ਲਿਆ ਉਹ ਹਟ ਜਾਓ ਬਾਬਾ ਦੇ ਦੇ ਓਏ ਛੱਡ ਦੇ ਉਹ ਨੋਟ ਛੱਡ ਦੇ ਨੋਟ ਬਾਬਾ ਛੱਡ ਦੇ ਮੈਂ ਤੈਨੂੰ ਕਿਹਾ ਨੋਟ ਛੱਡ ਦੇ ਬਾਬਾ ਨੋਟ ਛੱਡ ਦੇ ਪਾੜ ਜੂ ਮੈਂ ਤੈਨੂੰ ਦੱਸਦੀ ਗੱਲ ਮੈਨੂੰ ਲੱਗਦਾ ਇਹਨੇ ਆਹੀ ਸੱਭਿਆਚਾਰ ਸਾਂਭਿਆ ਉੱਥੇ ਵੀ ਕਿਤੇ ਹੁਣ ਇਹ ਨਾ ਗਾਉਣ ਲੱਗ ਜੇ ਆ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨੀ ਜੇ ਮੈਨੂੰ ਪਹਿਲਾਂ ਦੱਸ ਦਿੰਦੇ ਵੀ ਇੱਥੇ ਆ ਕੇ ਨੱਚਣਾ ਮੈਂ ਘਰੋਂ ਇੱਕ ਮੁੰਡਾ ਪੈਸੇ ਚੱਕਣ ਵਾਲਾ ਨਾ ਲੈ ਆਉਂਦਾ ਦੇਖ ਕਿੰਨੀ ਰਕਮ ਖਰਾਬ ਹੋ ਰਹੀ ਹੈ ਜੱਟ ਗਾਊ ਚਿੱਠੀ ਐ ਨੀ ਚਿੱਠੀ ਨੀ ਹੰਝੂਆਂ ਨੇ ਲਿਖੀ ਐ ਚਿੱਠੀ ਐ ਨੀ ਚਿੱਠੀ ਹੰਝੂਆਂ ਯਾਰ ਆ ਕੀ ਨੇ ਕਿਆ ਬੀਟ ਕਰਾਲੀ ਬੇਚਤੀ ਜੇ ਮੈਂ ਚੀਜ਼ਾਂ ਆਉਂਦਾ ਇੱਕ ਤਾਂ ਮੇਰਾ ਸਾਲਾ ਠੋਕਿਆ ਆਉਂਦਾ ਗੁਲਾਬ ਸਿਆ ਬਚਾ ਲੈ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਸਟੇਜ ਤੇ ਸਾਰਾ ਟੱਬਰ ਸ਼ਹੀਦੀਆਂ ਭਾਜੇ ਭੱਜ ਲੈ ਸਾਰੇ ਵਿਆਹ ਚ ਜਲੂਸ ਨਿਕਲ ਗਿਆ ਤਾਂ ਕਰਦੀਆਂ ਇੰਨੀਆਂ ਬੰਦੂਕਾਂ ਤਾਂ ਬਾਰਡਰ ਤੇ ਨਹੀਂ ਹੁੰਦੀਆਂ ਜਿੰਨੀਆਂ ਫੁਕਰੇ ਵਿਆਹ ਚ ਚੱਕੀ ਫਿਰਦੇ ਸੀ ਜਲੂਸ ਖੜਾ ਦਾ ਹੋਰ ਤਾਂ ਹੋਰ ਉੱਥੇ ਬੁੱਢੇ ਵੀ ਅੱਖਾਂ ਮਾਰਦੇ ਸੀ ਯਾਰ ਐਂ ਕਾਹਤੋਂ ਕਰਦੀ ਆ ਮੇਰਾ ਇਹ ਚ ਕੀ ਕਸੂਰ ਹੈ
नहीं नहीं कसूर थोड़ा नहीं थोनू जमन आले दा है जो सानू इत्थे लेके आया ओ खड़ जा तमल के बड़ी काल कर दिया हौली तुरला पीटी उषा बजेगी कासे च ओ यार अपना जवाक रोल जू मेरी गल सुन ला फिक्र ना करो आजा लेट्स गो जवाक भी मैं नाल ही लेके जा रही हां शराबिया ने मार मार ठुमके मेरे पासे पंते मेनू ना रोके हुन मन लई दी हुंदी है किसे दी मैं जा रही हां ओ चंगा ते जाना लीड़े दा बदला क्यों जुलूस कड़ा है क्यों क्यों बदला पिंड वाले नु भी तो पता चले किन्ने दा कल्चर कनेडा जा रहा ओ मन्नी नहीं हुंदी है ओ यार तू समझा ओदी मानू ओ थोड़े चक्कर च मां नहीं मरौनी मैं आपदी दैट्स राइट लेट्स गो ਉਹ ਚਾਰਜਰ ਚੱਕ ਲਿਆ ਸੀ ਉਹ ਰਾਤ ਭੁੱਖ ਲੱਗੂ ਪਰੌਂਠੇ ਬੰਨਦੇ ਆ ਹਾਂਜੀ ਹੁਣ ਤੁਸੀਂ ਵੀ ਕੁਛ ਕਹਿਣਾ ਕੁਛ ਬੰਦੇ ਗਲਤ ਹੋਣ ਨਾਲ ਸਾਰਾ ਪੰਜਾਬ ਗਲਤ ਨਹੀਂ ਹੋ ਸਕਦਾ ਤੇ ਕੁਛ ਬੰਦੇ ਸਹੀ ਹੋਣ ਨਾਲ ਸਾਰਾ ਪੰਜਾਬ ਵੀ ਸਹੀ ਨਹੀਂ ਹੋ ਸਕਦਾ ਬਾਪੂ ਜੀ देखो शर्त मुताबक जे बहुत दिन बाकी ने ते पंजाब च चंगा भी बहुत कुछ बाकी है बाकी चल चलो ना क्यों फायरिंग करी जाना है ठठा हुंदा खक्खा खक्खा गग्गा 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 नन्ना नन्ना अन्ना पप्पा ओ लवी उठ पुत तेन जामना ते अमरूद खवा के लेवा ओ दादू पहले ही मरुंडा ते पट्ठी वाले दाने खवा खवा के मेनू रजाता और ना किते जामना ते अमरूद खवा के टिड दुखन ला दियो मेनू सोण दो इधर नहीं दुखदा तेरा टिड ओ गला हां जी तू भी चल ਬਾਜੀਆ ਲੱਲੇ ਪੈਰ ਲਾਇਆ ਬੋਲ ਵਾਲੀ ਲੈਨ ਰਹਿ ਗਈ ਤੂੰ ਹੁਣ ਕਹਿ ਰਹੀ ਅਧਿਆਪਕ ਬਣ ਕੇ ਬਹਿ ਗਿਆ ਮੇਰੇ ਪੋਤੇ ਨੂੰ ਜਾਮਣਾ ਦੇ ਅਮਰੂਦ ਖਵਾਉਣੇ ਆ ਤੂੰ ਤਾਂ ਕਿਤੇ ਚੀਕੂ ਨਾ ਖਵਾ ਲੈ ਇਹਨੂੰ ਇਹ ਕਰਾਉ ਮੇਰੇ ਨੇ ਕਾਲਜੇ ਵੇਚਦੇ ਕੀ ਖਾ ਆ ਲਿਆ ਕੁਝ ਖਾਣ ਨੂੰ ਦੇ ਯਾਰ ਚਾਵਲ ਬਣਾਵਤ ਰਹਨ ਜੀ ਐੜਾ ਈੜੀ ਹਾਰੇ ਸੱਸਾ ਹਾ ਹਾ ਚੌਲਾਂ ਤੋਂ ਉੱਪਰ ਨਾ ਉੱਠਿਓ ਉਹ ਸਾਗ ਤੋਂ ਉੱਪਰ ਨਹੀਂ ਉੱਠਦੇ ਤੂੰ ਚੌਲਾਂ ਤੋਂ ਜਾਮਣਾ ਤੋਤਾ ਹੀ ਨਾ ਟੁੱਕ ਜਾਣ ਜੀ ਕਿਤੇ ਗਿੜਕੇ ਹੀ ਰਹਿ ਜਾਣ ਪੱਲੇ ਚਲੋ ਚੱਲੀਏ ਉੱਠੋ ਜੀ ਚਾਹ ਪੀਓ ਜਿੰਨੀ ਸੋਹਣੀ ਅੱਜ ਲੱਗ ਰਹੀ ਹੈ ਨਾ ਇੰਨੀ ਤਾਂ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗਦੀ ਮਿੱਠਾ ਚੈੱਕ ਕਰ ਲਓ ਜਾਂਦੀ ਜਾਂਦੀ ਦੋ ਫੂਕਾਂ ਮਾਰ ਜੀ ਮਿੱਠੀ ਤਾਂ ਆਪੇ ਹੋ ਜੂ ओ हेलो हेलो मम्मी ये तो अपना मंजा कोठी से डालया करो या मेरा बाहर बीच डाल दिया करो मैं तो हाल अच्छे जे देखे नहीं जांदे जा जा ना जाके हां मैं तो नालो दादू ना जाके मोटर ते तुसी डालो जिथे डाणो मंजा चलिए फिर मोटर ते मुक्का मारा अख मार जा हाय ओए ਕੁਝ ਹੋਰ ਕਿਉਂ ਨਹੀਂ ਮੰਗਿਆ ਅੱਜ ਕੰਮ ਅੰਨ ਵਾਲੀ ਥਾਂ ਤੇ ਕਿੰਨੇ ਮਕਾਨ ਬਣ ਗਏ ਹਾਂਜੀ ਆ ਇੱਧਰ ਵਾਲੇ ਵੈਦਵਾਨਾਂ ਦੀ ਖੇਤ ਨਹੀਂ ਸੀ ਹਾਂਜੀ ਇਹਨਾਂ ਨੇ ਜ਼ਮੀਨ ਵੇਚਤੀ ਸੀ ਕਿਸੇ ਨੇ ਇਹਦੇ ਤੇ ਕਲੋਨੀ ਕੱਟਤੀ ਹਾਂ ਪੈਸਾ ਬਾਹਲਾ ਆ ਗਿਆ ਇਹਨਾਂ ਕੋਲੇ ਮੁੰਡੇ ਨਸ਼ੇ ਤੇ ਲੱਗ ਗਏ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਫੁਕਰਪੁਣੇ 'ਚ
ਹੁਣ ਉਹਨਾਂ ਗੱਡੀਆਂ 'ਚ ਤੇਲ ਪਾਉਣ ਵਾਸਤੇ ਆਪ ਕਿਸ ਦੇ ਦਿਹਾੜੀ ਕਰਦੇ ਫਿਰਦੇ ਨੇ? ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਜ਼ਮੀਨਾਂ ਵੇਚ ਵੇਚ ਕੇ ਲੋਕ ਸ਼ਹਿਰਾਂ ਵੱਲ ਕਿਉਂ ਭੱਜੀ ਜਾਂਦੇ ਨੇ। ਓਏ ਪੈਸੇ ਦੇ ਮੱਤ ਮਾਰਦੀ ਲੋਕਾਂ ਦੀ, ਇਹ ਜ਼ਹਿਰ ਕਿੰਨੇ ਹੀ ਪਿੰਡ ਨਿਕਲ ਗਿਆ, ਹੋਰ ਪਤਾ ਨਹੀਂ ਕਿੰਨੇ ਕਿੰਨੇ ਕੋਲੋਂ। कब्जा नहीं जनाब, मिन्ती कर रहे हैं। आदी मिन्ती? हाईवे कट रहे हैं जी, तुहाडी जमीन च। आए कि मैं निकल जू, तेरा हाईवे मेरी जमीन चो। प्यो दा राज है? प्यो दा नहीं, सरकार दा राज है जी। सुनो, मेरी जमीन है, पहला मैथों पूछो, सरकार साली लगती है। साली दा तो पता नहीं जी, उन सरकारें चे कदा साला जरूर हुंदा है। ओ ताया, सरकार पूछती नहीं हुंदी, दसदी हुंदी है। अपने गवर्नमेंट, हां जी, तुसी मैनूं ऐ दसो वी जिहड़ा ताए दा बाण तुहाडा हाईवे ताए दे बाण दे विच दी छुकदा जाऊगा? जमा ही विच दी। ताया, ओ तू तां पा लुटियां, तेरा तां लग गया दोनों पासे फ्रंट। गप्पा किड़िया जा, मर जाएगा मैथों। ए दोनों पासे किन्नी क बचू जी जमीन? ओ 3 फुट इधर, 3 फुट इधर। चलो गमले रखण के जोगी तो बच गई जी। गमले? आहो जी, हुण 3 फुट दे विच आपां बासमती बीजणो तां रहे। दादू जी, फड़ियो माड़ा जिहा कूंडा। हुण तुसीं आए करियो, जामणा ते अमरूद भी ना गमलां 'च ही बीज लियो। मैं चलिया। ताया गुस्सा ना कर, हुण तैनूं पर्चियां भी दो कटाउणियां पैणियां। तेरे कन्न ते थप्पड़ भी दो ही पैणगे, भौंकी जांदा है। ताया पैंदा होए, आपां किसे होर दी पार्टी। ओए गलासिया जी, कर ओए पंचायत इकट्ठी, करौना जी मनाते। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਭਾਈ, ਇੱਕ ਪਿੰਡ 'ਚ ਓਪਰਾ ਜਿਹਾ ਬੰਦਾ ਫਿਰਦਾ, 5-6 ਵਾਰੀ ਮੇਰੇ ਕੋਲ ਆ ਗਿਆ, ਕਹਿੰਦਾ ਪਿੰਡ ਦੇ ਵਿੱਚ ਇਕੱਠ ਰੱਖੋ। ਮੇਰੇ ਤੋਂ ਭਾਈ ਵਾਰ ਵਾਰ ਸੂਚਨਾ ਨਹੀਂ ਹੁੰਦੀ, ਤੁਸੀਂ ਪਿੰਡ ਦੀ ਭਾਈ ਦੇ ਵਿੱਚ ਸਾਰੇ ਨਗਰ ਨਿਵਾਸੀ ਪੂਰਾ ਇਕੱਠ ਨਹੀਂ ਹੈ ਤਾਂ ਤੁਸੀਂ ਜਿਹੜੀ ਵੀ ਗੱਲ ਕਰਨੀ ਇਹਨਾਂ ਨਾਲ ਹੀ ਕਰ ਲਓ। ਇਕੱਠ ਨੂੰ ਆਪਾਂ ਕਿਹੜਾ ਜਗਰਾਤਾ ਕਰਾਉਣਾ, ਕਿਤੇ ਇਹ ਵੀ ਨਾ ਚਲੇ ਜਾਣ। ਉਹ ਇਹਨੂੰ ਕਹਿ ਸ਼ੁਰੂ ਕਰ ਲਵੇ, ਬੰਦੇ ਨੇ ਪਰਚੀਆਂ ਪੁਰਚੀਆਂ ਵੀ ਕੱਟਣੀਆਂ ਹੁੰਦੀਆਂ। ਢੀਠ ਲੱਗਦਾ ਮੈਨੂੰ। ਹਾਂ, ਮੱਥਾ ਜਿਹੜਾ ਟੇਕਣਾ ਇਹਨੂੰ। ਪਿੰਡ ਵਾਲੇ ਤੀਵੀਆਂ ਨੂੰ ਵੀ ਸਰਪੰਚ ਬਣਾਉਣ ਲੱਗ ਗਏ? ਪਿੰਡ ਵਾਲੇ ਕਾਹਨੂੰ, ਗੌਰਮੈਂਟ ਨੇ ਪੰਗੇ ਪਾਏ ਹੋਏ ਨੇ, ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ। ਕੋਈ ਨਹੀਂ, ਆ ਲੈਣ ਦੇ, ਮੈਂ ਕੜਦਾ ਇਹਦੀ ਸਰਪੰਚੀ। ਲੱਭਿਆ ਆ ਇਹਦੇ ਕੜਾਲ ਕੱਢੂ। ਪੱਕਾ ਨਗਰ ਨਿਵਾਸੀਓ, ਇਹ ਰੋਡ ਨਹੀਂ ਨਿਕਲ ਰਹੀ, ਜ਼ਬਰਦਸਤੀ ਸਾਡੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ। ਸਾਰੇ ਨਗਰ ਨਿਵਾਸੀ ਰਲ ਕੇ ਫੈਸਲਾ ਕਰ ਲਓ ਕਿ ਕਿਸੇ ਹਾਲਤ 'ਚ ਵੀ ਜ਼ਮੀਨ ਨਹੀਂ ਵੇਚਣੀ, ਇਹ ਸਰਕਾਰ ਦੀ ਸਿਆਸਤ ਹੈ। ਤੁਸੀਂ ਅਨਪੜ ਭੋਲੇ ਲੋਕ ਹੋ। Nobody is innocent, illiterate Dil Singh. She is absolutely right. I am PhD in English and still didn't have a job. 350 ਰੁਪਏ ਦਿਹਾੜੀ ਪਿੱਛੇ ਚੌਂਕ 'ਚ ਖੜਿਆ ਰਹਿੰਦਾ ਸੀ। ਅੱਜ ਵੇਖ, ਵੇਚ ਕੇ ਜ਼ਮੀਨ, ਨਾਲੇ ਕਰੀ ਦਿਆ ਪੋਲਿਟਿਕਸ ਤੇ ਨਾਲੇ ਲੈ ਲਈ ਗੱਡੀ। ਆ ਨਛੱਤਰ ਸਿੰਘ ਨੂੰ ਦੇਖ ਲਓ, ਕਰਜ਼ੇ ਤੋਂ ਤੰਗ ਆ ਕੇ ਫਾ ਲੈਣ ਨੂੰ ਫਿਰਦਾ ਸੀ। ਜ਼ਮੀਨ ਵੇਚ ਕੇ ਪਹਿਲਾਂ ਲਾਇਆ ਕਰਜ਼ਾ, ਫੇਰ ਲਈ ਕੱਢੀ। ਤੇ ਜਰਨੈਲ ਸਿੰਘ ਨੂੰ ਦੇਖ ਲਓ, ਇਹਦੀ ਕੁੜੀ ਕੋਠਾ ਜਿੱਡੀ ਹੋ ਗਈ ਸੀ, ਦਹੇਜ ਕਰਕੇ ਵਿਆਹ ਨਹੀਂ ਹੁੰਦਾ ਸੀ। ਜ਼ਮੀਨ ਵੇਚ ਕੇ ਪਹਿਲਾਂ ਵਿਆਹੀ ਕੁੜੀ ਤੇ ਫੇਰ ਲਈ ਕੱਢੀ। ਮੈਨੂੰ ਮਸਲੇ ਘੱਟ ਤੇ ਗੱਡੀ ਜ਼ਿਆਦਾ ਸੁਣ ਰਹੀ ਹੈ। ਮੈਂ ਤੇ ਕਹਿੰਦਾ ਬਣ ਜਾਣੀ ਚਾਹੀਦੀ ਹੈ ਸੜਕਾਂ, ਕਿਉਂਕਿ ਜਿੰਨੀਆਂ ਇਹਨਾਂ ਨੇ ਗੱਡੀਆਂ ਲੈ ਲਈਆਂ, ਚੱਲਣੀਆਂ ਤੇ ਸੜਕਾਂ ਤੇ ਹੀ ਹੈ। ਕਿਉਂ ਨਾ ਵੇਚੀ ਜ਼ਮੀਨ? ਕਿਉਂ ਨਾ ਵੇਚੀਏ? ਦੱਸੋ। ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ। ਅੱਛਾ, ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸਰੇ ਛੱਡ ਕੇ ਗਿਆ ਸੀ ਕੈਨੇਡਾ? ਦੱਸ ਤੂੰ ਬੋਲ, ਹੁਣ ਕੀ ਮੂੰਹ 'ਚ ਘੁਗਣੀਆਂ ਪੈ ਗਈਆਂ? ਚਲ ਓਏ, ਇਹਦਾ ਬਕਵਾਸ ਮਾਰੀ ਜਾਂਦਾ, ਉਹ ਜ਼ਰੂਰ ਬੋਲਦਾ। ਚਲੋ ਚਲੋ, ਤੁਸੀਂ ਕੀ ਲੈਣਾ ਹੈ? ਆਪਣੀ ਸਕੀ ਮਾਂ ਨੂੰ ਛੱਡ ਕੇ? ਓ ਰੁਕੋ ਯਾਰ, ਓ ਰੁਕੋ ਪਿੰਡ ਵਾਲਿਓ, ਮੈਂ ਤੁਹਾਡੇ ਫਾਇਦੇ ਵਾਸਤੇ ਆਇਆ ਇੱਥੇ, ਇਹਦੀਆਂ ਗੱਲਾਂ 'ਚ ਨਾ ਆਓ। ਲਓ ਜੀ, ਇਹਦਾ ਤਾਂ ਹੋ ਗਿਆ ਬਾਈ ਕੰਮ, ਕਿਹੜਾ ਪੰਡਾਲ ਖਾਲੀ ਹੋ ਗਿਆ। ਹੋਰ, ਉਹ ਜਿੱਦਾਂ ਦਾ ਭਾਸ਼ਣ ਸੀਗਾ ਖਾਲੀ ਹੋਣਾ ਸੀ। ਹੁਣ ਤਾਂ ਇਹਨਾਂ ਨੂੰ ਵੀ ਗੱਡੀ ਬੁੱਕ ਕਰਾ ਲੈਣੀ ਚਾਹੀਦੀ ਹੈ। ਸਰਪੰਚ ਸਾਹਿਬ ਚੱਲੀਏ ਜਾਂ ਹੋਰ ਮਾਨ ਸਨਮਾਨ ਕਰਾਉਣਾ? ਮੇਰੇ ਹਿਸਾਬ ਨਾਲ ਤਾਂ ਬਹੁਤ ਹੋ ਗਿਆ। ਕੋਈ ਗੱਲ ਨਹੀਂ, ਪਿੰਡ ਵਾਲੇ ਮੇਰੇ ਨਾਲ ਨਾ ਸੀ, ਮੇਰੀ ਔਲਾਦ ਤਾਂ ਮੇਰੇ ਨਾਲ ਹੈ। ਹਿੱਲ ਗਿਆ ਸਾਡੇ। ਓਏ ਬਾਪੂ,
जमीन बेचती रोड नंगी अज तू बाद खुशी वाली गल कड़ी हो सकती है खुशी खुशी नू मैं हुण खुसरे नचण ला दिया इत्थे साडी जद्दी पुश्ती जमीन विक रही है विक वाह अज तैनू जमीन दा हेज आ गया ओदे नहीं सी उहदा जे तैनू वेच के कनेडा भज गया सी गल्ला मारदा बुत्ते जिड्डा हो गया प्यो नाल गल करनी नहीं आई पर बापू जी आप जमीन इत्थे रख के करना भी किया जमीन बेच के कर दी किश्तां कारां दी किश्तां ट्राले दी किश्तां सारियां टेंशन खत्म ते बचते पैसे ना खोलेंगे थोड़े लिए पंजाबी टबा बुड़ी से डाल डाल दे नी मजवाओंगे पांडे जदों पानी गलत नहीं पर जे फिर हथियार चकना जायज है पहला मारूंगा पटवारी नू फिर बढ़ूंगा हाईवे दी निशानदेही करने वाले नू ते फिर सरपंच नी नू पट के जाऊंगा कनाडा ओ गुलाबिया ओ ओए गुलाबिया का हो गई सरदार जी अब मेरा मतलब की हो गया जी हुण मारोगे किसे नू भोलिया मैं की मारना किसे नू उही बस इत्थे तक मन भरिया पिया सी चार ललकारे मार के मन हौला कर लिया हुण मूह बह नाल भरिया पिया अगना था फिर दातना पट के लिया ये दातनी बढ़ाउणी सी तां इन्ना तिखा करन दी की लोड़ सी हैलो सत श्री अकाल ताया पैरी पैना ਪੋਲਾ ਬੋਲਦਾ ਕੈਨੇਡਾ ਤੋਂ ਹਾਂ ਬੋਲ ਪੁੱਤ ਤਾਇਓ ਬਾਪੂ ਦਾ ਨਾ ਫੋਨ ਆਇਆ ਸੀ ਉਹ ਕਹਿੰਦਾ ਸੀ ਵੀ ਜੇ ਅੱਜ ਕਿਸ਼ਤ ਨਾ ਭਰੀ ਨਾ ਤਾਂ ਬੈਂਕ ਵਾਲੇ ਸਾਡਾ ਟਰੈਕਟਰ ਲੈ ਜਾਣਗੇ ਤਾਇਆ ਐ ਕਿਵੇਂ ਲੈ ਜਾਣਗੇ ਟਰੈਕਟਰ ਮੈਂ ਜ਼ਮੀਨ ਤੇ ਟਰੈਕਟਰ ਜਾਣ ਦਾ ਦੁੱਖ ਬਹੁਤ ਚੰਗੀ ਤਰ੍ਹਾਂ ਸਮਝਦਾ ਪੁੱਤ ਅੱਛਾ ਤਾਇਆ ਜੇ ਤੇ ਨਾਲ ਜੇ ਹੋ ਸਕਿਆ ਨਾ ਤਾਂ ਪੂਰੀ ਫੈਮਿਲੀ ਨੂੰ ਘਰੇ ਲੈ ਕੇ ਜਾਇਓ ਤਾਇਆ ਘਰਦਿਆਂ ਨੂੰ ਹੌਸਲਾ ਹੋਜੂ ਤੇ ਨਾਲੇ ਮੇਰੇ ਬੇਬੇ ਬਾਪੂ ਨੂੰ ਦੱਸਿਓ ਵੀ ਤੁਹਾਡਾ ਪੁੱਤ ਨਾ ਹੁਣ ਕਮਾਉਣ ਲੱਗ ਗਿਆ ਚਿੰਤਾ ਨਾ ਕਰ ਮੈਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਊਂਗਾ ਅੱਛਾ ਮੇਰੀ ਬੇਬੀ ਨੂੰ ਇਹ ਨਾ ਦੱਸਿਓ ਵੀ ਤੇਰਾ ਪੁੱਤ ਉੱਥੇ 18-18 ਘੰਟੇ ਕੰਮ ਕਰਦਾ ਨਹੀਂ ਤਾਂ ਉਹ ਨਾ ਐਵੇਂ ਮੇਰਾ ਫਿਕਰ ਕਰੂ ਨਾਲੇ ਇੱਕ ਗੱਲ ਹੋਰ ਤਾਇਆ ਇਹ ਨਾ ਆਖੀ ਤਾਇਆ ਵੀ ਤੇਰਾ ਪੁੱਤ ਭੁੱਖਾ ਸੌਂਦਾ ਤੁਹਾਨੂੰ ਪਤਾ ਹੀ ਆ ਵੀ ਭੋਲੇ ਦੀ ਮਾਂ ਨਾ ਭੋਲੀ ਆ ਚੰਗਾ ਤਾਇਆ ਚਾਰੇ ਪਾਸਿਓਂ ਜਾਨ ਕੜਕੀ 'ਚ ਫਸੀ ਪਈ ਹੈ ਕੀ ਕਰੀਏ ਕੀ ਨਾ ਕਰੀਏ ਕੁਛ ਵੀ ਸਮਝ ਨਹੀਂ ਆਉਂਦਾ ਚਾਰ ਛਿੱਲੜਾਂ ਪਿੱਛੇ ਪੁੱਤ ਨੂੰ ਬਾਹਰਲੇ ਮੁਲਕ ਭੇਜਣਾ ਪੈ ਗਿਆ ਕੀ ਦੱਸਿਆ ਸਰਦਾਰ ਸਾਹਿਬ ਭੋਲੇ ਨੂੰ ਕੈਨੇਡਾ ਭੇਜਣ ਲਈ 3 ਕਿੱਲੇ ਗਹਿਣੇ ਪਾਤੇ ਸੀ ਅੱਜ ਤੱਕ ਨਹੀਂ ਛੁਡਾ ਪਾਏ ਹੁਣ ਤਾਂ ਟਰੈਕਟਰ ਵੀ ਜੀ ਦਾ ਜੰਗਾਲ ਬਣਿਆ ਪਿਆ ਪਤਾ ਨਹੀਂ ਕਿਹੜੇ ਟਾਈਮ ਬੈਂਕ ਵਾਲੇ ਆ ਜਾਣ ਅਤੇ ਲੈ ਜਾਣ 5 ਸਾਲਾਂ ਤੋਂ ਪੁੱਤ ਦਾ ਮੂੰਹ ਨਹੀਂ ਦੇਖਿਆ ਉੱਤੋਂ ਜ਼ਮੀਨ ਵਿਕ ਰਹੀ ਹੈ ਵੀ ਜੀ ਕੀ ਲੋੜ ਸੀ ਜ਼ਮੀਨ ਗਹਿਣੇ ਰੱਖ ਕੇ ਮੁੰਡਾ ਬਾਹਰ ਭੇਜਣ ਦੀ ਇਹ ਸਾਰੀਆਂ ਮੁਸੀਬਤਾਂ ਤਾਂ ਤੁਸੀਂ ਆਪ ਹੀ ਗੱਲ ਪਾਈਆਂ ਹੋਈਆਂ ਨੇ ਬਿਲਕੁਲ ਸਹੀ ਕਹਿ ਰਹੀ ਹੈ ਮੈਂ ਦੱਸਦਾ ਤੁਹਾਡੇ ਕੋਲ ਜਿਹੜੀ ਜ਼ਮੀਨ ਰਹਿ ਗਈ ਨਾ ਵੇਚ ਦਿਓ ਨਾਲੇ ਤੁਹਾਡਾ ਕਰਜ਼ਾ ਲੈ ਜੂ ਜਿਹੜੇ ਉੱਤੇ ਪੈਸੇ ਬਚ ਗਏ ਉਹਦਾ ਖੋਲ ਲਿਓ ਢਾਬਾ ਸ਼ਾਬਾਸ਼ ਮੈਥੋਂ ਤਾਂ ਭਾਂਡੇ ਮਜਵਾਉਣੇ ਲੱਗੇ ਸੀ ਘੱਟੋ ਘੱਟ ਇਹਨਾਂ ਦੀ ਤਾਂ ਸ਼ਰਮ ਕਰੋ ਭੈਣੇ ਇਹਨਾਂ ਨੂੰ ਛੱਡ ਮੇਰੀ ਗੱਲ ਸੁਣ ਕਿਧਰੇ ਨਹੀਂ ਜਾਂਦਾ ਤੁਹਾਡਾ ਟਰੈਕਟਰ ਤੁਹਾਡੇ ਪੁੱਤ ਨੇ ਜਿਹੜੀ ਦਿਨ ਰਾਤ ਮਿਹਨਤ ਕੀਤੀ ਹੈ ਨਾ ਆਹ ਕਮਾਈ ਹੈ ਉਹਦੀ ਲਓ ਆਪਣੇ ਪੁੱਤ ਦੀ ਕਮਾਈ ਭਾਗਾਂ ਵਾਲਿਓ ਤੁਸੀਂ ਜਿਹਨਾਂ ਦੇ ਘਰੇ ਭੋਲੇ ਵਰਗਾ ਪੁੱਤ ਹੈ ਤੇਰੀ ਮੇਰਾ ਰੱਬਾ ਸੁਣਦਾ ਭੋਲੇ ਵਰਗਾ ਪੁੱਤ ਪਰਮਾਤਮਾ ਸਭ ਨੂੰ ਦੇਵੇ
ਆ ਕੌਣ ਹੈ ਇਹ ਜੀ ਮੇਰਾ ਦੂਜਾ ਪੁੱਤ ਹੈ ਇਹੋ ਜਿਹਾ ਪੁੱਤ ਪਰਮਾਤਮਾ ਕੇ ਜਿਹਨੂੰ ਨਾ ਦੇਵੇ ਇਹ ਉਹੀ ਵਾਲੇ ਵੀਰ ਜੀ ਨਹੀਂ ਲੱਗਦੇ ਮੈਨੂੰ ਵੀ ਉਹੀ ਲੱਗਦਾ ਇਹ ਤਾਂ ਉਹਦੇ ਵਾਲੀ ਭੈਣ ਲੱਗਦੀ ਆ ਓਏ ਮੈਨੂੰ ਲੱਗਦਾ ਤਾਂ ਲਾਂਭਾ ਲੈ ਕੇ ਆ ਗਿਆ ਓਏ ਮੈਂ ਤਾਂ ਇਹਨੂੰ ਸਿਆਣੀ ਸਮਝਦਾ ਸੀ ਇਹ ਤਾਂ ਜਮੀ ਨਲਾਇਕ ਨਿਕਲੀ ਪਹਿਲਾਂ ਲੱਤ ਤੋੜਤੀ ਹੁਣ ਲਾਂਭਾ ਲੈ ਕੇ ਆ ਗਏ ਚੱਲ ਚੱਲਿਓ ਥਾਣੇ ਚੱਲ ਓ ਲਾਂਭਾ ਨੀ ਪੈਸੇ ਲੈ ਕੇ ਆਏ ਨੇ ਪੈਸੇ ਅੱਛਾ ਪੈਸੇ ਨੀ ਡਾਲੇ ਨੇ ਦੇਖੀ ਆਪਣੇ ਧੀ ਵਰਗੇ ਸਾਗ ਪੁੱਤ ਤੋਂ ਪੈਸੇ ਲਗਾਉਂਦਾ ਲਿਆ ਦੇ ਦੇ ਬਾਬਲਾ ਮੈਂ ਸੰਭਾਲ ਲੈਂਦਾ ਪੈਸੇ ਹੋ ਦੇ ਦੇ ਉਹ ਇੱਕ ਪੁੱਤਿਆ ਜੇ ਤੂੰ ਇਹ ਪੈਸੇ ਲੈ ਕੇ ਆ ਨਾ ਤਾਂ ਬੈਂਕ ਵਾਲੇ ਟਰੈਕਟਰ ਲੈ ਜਾਣਗੇ ਜੇ ਮੈਂ ਪੈਸੇ ਨਾ ਦਿੱਤੇ ਚਿੱਟੇ ਵਾਲਾ ਮੇਰਾ ਬੁਲਟ ਲੈ ਜਾਊ ਘਰ ਦੇ ਦਰਵਾਜ਼ੇ ਵੀ ਲਵਾਉਣੇ ਆ ਮੈਂ ਬੁਲਟ ਦੇ ਲਾਈ ਵੀਲ ਵੀ ਪਵਾਉਣੇ ਆ ਇੱਕ ਗੱਲ ਸੁਣ ਲੈ ਤੇਰਾ ਬੁਲਟ ਵਿਕਦਾ ਵਿਕ ਜੇ ਪਰ ਮੈਂ ਟਰੈਕਟਰ ਵਿਕਣ ਨਹੀਂ ਦੇਣਾ ਟਰੈਕਟਰ ਵਿਕਦਾ ਵਿਕ ਜੇ ਬੁਲਟ ਨਹੀਂ ਵਿਕਦਾ ਜੇ ਟਰੈਕਟਰ ਵੇਚਦਾ ਤਾਂ ਤਵੀਆਂ ਬੁਲਟ ਮਗਰ ਪਾਏਗਾ ਚੱਲ ਸਾਡੇ ਬਾਪੂ ਸੋਚ ਨਾ ਦੇ ਦੇ ਪੁੱਤ ਨੂੰ ਪੈਸੇ ਦੇ ਦੇ ਉਹ ਤੂੰ ਪਰੇ ਮਾਰੋ ਕੰਜਰਾ ਹੁਣ ਬੱਚੂ ਮੈਂ ਤੇਰਾ ਬੁਲਟ ਹੈਲੋ ਸਨੀ ਵਿਕਦੂ ਬੁਲਟ ਨਹੀਂ ਵਿਕਦਾ ਕਰ ਕੰਜਰਾ ਤੇਰੀ ਮਾਂ ਦੀ ਚੱਲਦਾ ਪਰਾ ਤੈਨੂੰ ਓਏ ਮੁੰਡਿਆ ਓਏ ਤੂੰ ਆ ਕਰੂ ਜੀ ਲੱਗਿਆ ਅੱਜ ਵੀ ਚੜਦਾ ਤੇ ਤੂੰ ਮਰੀ ਓਏ ਤੂੰ ਡਰ ਤੂੰ ਬੰਦਾ ਬਣ ਜਾ ਅੱਜ ਨਹੀਂ ਛੱਡਦਾ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਇੱਕ ਦਰਦ ਦੇ ਗਏ ਨੇ ਇੱਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਖਿੜੀ ਨੂੰ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਲੱਗਦਾ ਏ ਸਾਜਿਸ਼ਾਂ ਦੇ ਰਿਸ਼ਤੇ ਸ਼ਿਕਾਰ ਹੋ ਗਏ ਦਮ ਤੋੜ ਗਈਆਂ ਸਦਰਾਂ ਸੁਫਨੇ ਬਿਮਾਰ ਹੋ ਗਏ ਲੱਗਦਾ ਏ ਸਾਜਿਸ਼ਾਂ ਦੇ ਰਿਸ਼ਤੇ ਸ਼ਿਕਾਰ ਹੋ ਗਏ ਦਮ ਤੋੜ ਗਈਆਂ ਸਦਰਾਂ ਸੁਫਨੇ ਬਿਮਾਰ ਹੋ ਗਏ ਹੱਸ
हंस के कंधा दे रहे सबरा दी सब सीढ़ी नू इक दर्द दे गए ने हिम्मत भी नहीं रही इक दर्द दे गए ने मेरी रूह खिड़ी खिड़ी नू समय आदि काग खा गए मेरी आटे दी चिड़ी नू सुटिया किसने आके खेती का पाखिड़ी नू समय आदे काग खा गए मेरी आटे दी चिड़ी नू जमीन दे पेपर ने ते टिकट करा ला आपा वापस जा रहे हैं बापू जी हफ्ता हैगा ता है हाले रह पेंदे मसा ता आए हैं ना मैं तो होर ठोकरा चलिया नहीं जानिया क्योंकि मेरी सुपने वाली अख च बहुत ही हो गया थोड़ा सभ्याचार मेले योगदान नहीं पा दो चंगा लगूगा बल्ले ताया खुश किया ताया अभी तो 11,000 की आस लैके आए सी तुसी तो बाबा पैसे देते वैसे इन्ना कि तुहाडा बनदा भी है पैसा पैसे ने तो साडियां जमीरां ही मारती हैं पैसा तो मैं बाहरों जाके होर भी भेज दूं विरसा बचा के रखे हो अपना ओ ताया विरसे की चिंता ना कर तू ਆਉਂਦੀ ਵਾਰੀ ਤੁਹਾਡੇ ਬਜ਼ੁਰਗਾਂ ਦੇ ਨਾਂ ਤੇ ਮੇਲਾ ਕਰਾ ਦੇਣਾ ਗੁਲਾਬ ਅੱਜ ਤੋਂ जिम्मेवारी तेरी आसान है
ਲਵੀ ਕਿੱਥੇ? ਲਵੀ ਕੀ ਲੱਭਦਾ ਬੇਟਾ? ਦਾਦੂ ਮੈਂ ਕੁਛ ਲੱਭ ਰਿਹਾ, ਤੁਸੀਂ ਚੱਲੋ ਮੈਂ 2 ਮਿੰਟ ਚ ਆਇਆ। ਪੁੱਤ ਤੇਰੇ ਮੰਮੀ ਪਾਪਾ ਗੱਡੀ ਚ ਉਡੀਕ ਰਹੇ ਨੇ, ਚਲੋ ਬੇਟਾ। ਦਾਦੂ ਮੈਂ ਆਉਣਾ ਬਸ। ਉਹ ਪੁੱਤ ਸੁਣਿਆ ਨੀ ਤੈਨੂੰ? ਓਏ ਇੱਥੇ ਕੁਛ ਨੀ ਤੇਰਾ, ਕੀ ਲੱਭਦਾ ਤੂੰ? ਦਾਦੂ ਮੈਂ ਕਿਸੇ ਨੂੰ ਪ੍ਰੋਮਿਸ ਕੀਤਾ, ਮੈਂ ਕੁਛ ਲੱਭ ਰਿਹਾ। ਓ ਤੇਰਾ ਕੁਛ ਨਹੀਂ ਤਾਂ ਕੀ ਲੱਭ ਰਿਹਾ ਤੂੰ ਖਸਮਾ? ਸੁਣਿਆ ਨੀ ਤੈਨੂੰ? ਦਾਦੂ ਤੁਸੀਂ ਚੱਲੋ ਬਸ, ਮੈਂ 2 ਮਿੰਟ ਚ ਆਇਆ, ਮੈਂ ਕੁਛ ਲੱਭ ਰਿਹਾ। ਮੈਂ ਰੈਫਟਾ ਮਾਰਨਾ ਤੇਰੇ ਕੰਨ ਤੇ, ਕੀ ਲੱਭਦਾ? ਜ਼ਿੱਦ ਕਿਉਂ ਕਰਦਾ? ਇੱਥੇ ਕੁਛ ਨਹੀਂ ਤੇਰਾ। ਦਾਦੂ ਮੈਂ ਆਟੇ ਦੀ ਚਿੜੀ ਲੱਭ ਰਿਹਾ। ਇੱਕ ਦਰਦ ਦੇ ਗਏ ਨੇ, ਇੱਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਖਿੜੀ ਨੂੰ ਸੁਨਿਆ ਦੇ ਕਾਗ ਖਾ ਗਏ। ਉੱਡ ਗਈ ਪੁੱਤ, ਉੱਡ ਕੇ ਗਈ ਕਿੱਥੇ? ਦਾਦੂ ਤੁਸੀਂ ਮੇਰੇ ਨਾਲ ਸਕੂਲ ਜਾਇਆ ਕਰੋ, ਇੱਥੇ ਬੈਠੇ ਬੋਰ ਨਹੀਂ ਹੁੰਦੇ। ਮੈਂ ਕੁਛ ਖਾਣ ਨੂੰ ਲੈ ਆਵਾਂ। ਉਹ ਸੱਚ, ਤੁਸੀਂ ਕੁਛ ਖਾਂਦੇ ਵੀ ਨਹੀਂ ਨਾ ਕੁਛ ਬੋਲਦੇ। ਮੰਮਾ ਤੁਸੀਂ ਤਾਂ ਕੁਛ ਬੋਲੋ, ਪਾਪਾ ਤੁਸੀਂ ਕੁਛ ਬੋਲੋ। ਦੇਖੋ ਮੈਂ ਤੁਹਾਡੇ ਲਈ ਨਵਾਂ ਹਾਊਸ ਬਣਾਇਆ। ਦਾਦੂ ਤੁਸੀਂ ਚੁੱਪ ਕਿਉਂ ਹੋ? ਕੁਛ ਤਾਂ ਬੋਲੋ ਦਾਦੂ, ਮੇਰੇ ਨਾਲ ਬੋਲੋ ਦਾਦੂ, ਪਲੀਜ਼ ਬੋਲੋ। ਪਾਪਾ ਤੁਸੀਂ ਬੋਲੋ, ਮੰਮਾ ਤੁਸੀਂ ਬੋਲੋ ਨਾ, ਮੇਰਾ ਗੱਲਾਂ ਕਰਨ ਨੂੰ ਦਿਲ ਕਰਦਾ, ਮੇਰੇ ਇਕੱਲੇ ਦਾ ਜੀ ਨਹੀਂ ਲੱਗਦਾ। ਮੰਮਾ ਪਲੀਜ਼। ਮੇਰਾ ਪੁੱਤ ਟੁਆਇਸ ਨਾਲ ਨਹੀਂ ਖੇਡਣਾ, ਪੁੱਤ ਪਾਪਾ ਖੇਡਣ ਗਏ ਸੀ ਇਹਦੇ ਨਾਲ, ਠੀਕ ਹੈ ਮੇਰਾ ਬੱਚਾ? ਪੁੱਤ ਪਾਪਾ ਗੰਦੇ ਆ ਨਾ, ਗੰਦੇ ਆ ਪੁੱਤ ਪਾਪਾ। ਸੈਫੀ, ਸੈਫੀ ਗੱਲ ਸੁਣ। ਸੈਫੀ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ? ਮੈਨੂੰ ਨਾ ਬੁਲਾ, ਮੈਂ ਤੇਰੇ ਨਾਲ ਗੁੱਸੇ ਆ। ਗੁੱਸੇ ਕਾਹਤੋਂ ਆ? ਕਿਉਂਕਿ ਤੂੰ ਮੇਰੇ ਲਈ ਆਟੇ ਦੀ ਚਿੜੀ ਨਹੀਂ ਲੈ ਕੇ ਆਇਆ। ਉਹ ਤਾਂ ਉੱਡ ਗਈ। ਉੱਡ ਕੇ ਗਈ ਕਿੱਥੇ? ਪਤਾ ਨਹੀਂ, ਕਿਤੇ ਨਹੀਂ ਉੱਡੀ, ਆਪਣੇ ਨਾਲ ਹੀ ਉੱਡ ਕੇ ਵਿਦੇਸ਼ਾਂ 'ਚ ਆ ਗਈ ਸੀ, ਪਰ ਆਪਾਂ ਹੀ ਇਹਨੂੰ ਮਹਿੰਗੇ ਖਿਡੌਣਿਆਂ ਦੇ ਚੱਕਰ 'ਚ ਭੁੱਲ ਗਏ ਸੀ। ਆ ਲਓ
आटे दी चिड़ी। आटे दी चिड़ी? चल सैफी। साम के सुट ना दे ओ। नहीं सुटता मम्मी। ना दिए इन मासूमां नूं झूठियां कहानियां ना सुना। झूठियां कहानियां सच च बदल सकदियां ने जे आप अपनी जिम्मेवारियां तो ना भजिए। बापू जी ये टाइम भजन का नहीं संभालन का है। नाले बापू जी जे पैसे दे के सभ्याचार बचता तो अपना सभ्याचार दुनिया का सब तो अमीर सभ्याचार होना सी। नाले कुछ जिम्मेवारियां आपां अपने मोढ़ियां ते आप चकनियां पैणियां। एडे वे मुल्क नूं आपां कल्ले किवें सुधार लांगे? जे आपां मुल्क नहीं सुधार सकते तो अपना पिंड तो सुधार सकते हैं ना। जे अज आप अपने घर ना संभालिया तो चुल्हियां च का उग जाएंगे तो जेडे बचे पिंड आ वह खंडर बन जाएंगे। मतलब? मतलब आप फिर पंजाब जा रहे हैं जी। ओ बल्ले हो थोड़े वो जायदा तो तुम पास ही बना लिया लगता बी पहले टैची अजे खुले नहीं दूजे फिर बन ले बाले सियाने हो पिंड जाके अपना पिंड सुधार लो सानू खिच खिच भेजो सैल्फिया तो साडा सीना सड़े ऐ हुण दिने आ। क्यों निशा हो तैयार? तैयार होन की भाभी का पहले भरिंड बनी करती। ओ भरा रहन दे भरिंड का पहला ही मसा डंग कढ़िया मैं। जे सारे जाने आपो अपना पिंड सुधार लैन ना पंजाब फिर सोने की चिड़ी बन जूगा। डैडी जी हो जाओ तैयार चलिए इंडिया। है वे कि मैं चलिए मेरा वो काम तो किया नहीं। किड़ा काम? वही वही किड़ा यार जेड़ा तू कहता सी। मैं कुछ नहीं किया। ओहो खुरकुन दिया ना के जाना है ना के तो चिड़ी पे जजू ओ तू कहता सी के सफर लम्मा है चिड़ी थक जू मेरी मसाज तो विच ही रह गई ना। महाराजा दलीप सिंह लगे आ पौन लंदन तो चल लामा खबर बदन दी मैं जेड़ा हो गया गैर हवाले धरती पंजाब दी ते सिरजना सुरग लग के मूरे रणजीत सिंह दे मैं सुपने करने हैं सब पूरे। हुण झांजर खुशियां दी हुण झांजर खुशियां दी हुण झांजर खुशियां दी सणक दी दिसणी है हर पासे मैनू दिसण चेहरिया ते चार चुफेरे हासे हासे नचण मुट गावण गबरू हो दूरे रणजीत से आउंदे मैं सुपने करने हैं सब पूरे रणजीत से आउंदे मैं सुपने करने हैं सब पूरे। ਯਾਰ ਘੱਟ ਹੈ ਜੀ ਉਹ ਜੀ ਚੱਲ ਗਏ ਚੱਲਣ ਨੂੰ ਨੋਟਾਂ ਦੇ ਟਾਇਰ ਲੱਗੇ ਹੋਏ ਸੀ ਓਏ ਠੇਕੇ ਟੁੱਟੇ ਸੀ ਸਮਝੋ ਜੀ ਕਰਨੇ ਖਤਮ ਸਾਰੇ ਕਰਨੇ ਖਤਮ ਸਾਰੇ ਯਾਰ ਸਮਝ ਗਏ ਕਰਨੇ ਖਤਮ ਸਾਰੇ ਜਾਤਾਂ ਪਾਤਾਂ ਦੇ ਸਭ ਰੌਲੇ ਕਰ ਜਾਂਦੇ ਬੋਝ ਲਾ ਕੇ ਹੋ ਜਾਣ ਲੋਕ ਫੁੱਲਾਂ ਤੋਂ ਹੌਲੇ ਇੱਕ ਜਗ੍ਹਾ ਬਿਠਾ ਦੇਣੇ ਮੈਂ ਸਭ ਕਾਲੇ ਗੋਰੇ ਪੂਰੇ ਰਣਜੀਤ ਸਿਉਂ ਦੇ ਮੈਂ ਸੁਪਨੇ ਕਰਨੇ ਹੈ ਸਭ ਪੂਰੇ
ਵਿੱਚ ਮਿਲਾਵਟ ਹੈ ਪੈਂਦੀ ਫਿਰ ਵੀ ਸਭ ਨੂੰ ਖਾਣੀ ਰਣਜੀਤ ਸਿਉਂਦੇ ਮੈਂ ਸੁਪਨੇ ਕਰਨੇ ਹੈ ਸਭ ਪੂਰੇ ਪੂਰੇ।